ਪੰਜਾਬ ਮੰਤਰੀ ਮੰਡਲ ਦੇ ਵਿੱਚ ਫੇਰ ਬਦਲ ਹੋਇਆ ਡਾਕਟਰ ਬਲਬੀਰ ਸਿੰਘ ਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਪਹਿਲੀ ਪ੍ਰੈਸ ਮਿਲਣੀ ਦੇ ਵਿੱਚ ਡਾਕਟਰ ਬਲਬੀਰ ਸਿੰਘ ਨੇ ਕਿਹਾ ਹੈ ਕਿ ਬਹੁਤ ਸਾਰੇ ਬਲੂਪ੍ਰਿੰਟ ਸ਼ਹਿਰ ਦਾ ਵਿਕਾਸ ਅਜਿਹੇ ਮਾਮਲਿਆਂ ਦੇ ਵਿੱਚ ਕੱਲ ਨੂੰ 9 ਤਰੀਕ ਨੂੰ ਸੋਮਵਾਰ ਵਾਲੇ ਦਿਨ ਮੇਰੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮੁਲਾਕਾਤਾਂ ਕੁਝ ਚੀਜ਼ਾਂ ਨੇ ਡਾਕਟਰ ਸਾਹਿਬ ਜਿਨ੍ਹਾਂ ਤੇ ਖਰਚਾ ਹੋਣਾ ਹੈ। ਕੁਝ ਜਈਆਂ ਨੇ ਜਿਨ੍ਹਾਂ ਤੇ ਕੋਈ ਖਰਚਾ ਨਹੀਂ ਹੋਣਾ। ਖਾਸ ਕਰ ਆਵਾਜਾਈ ਨੂੰ ਸੁਧਾਰਨ ਪ੍ਰਤੀ। ਬਸ ਅੱਡਾ ਬਾਹਰ ਜਾਣਾ, ਡੇਰੀਆਂ ਬਾਹਰ ਨਹੀਂ ਨਿਕਲੀਆਂ। 30 ਸਾਲ ਹੋ ਗਏ ਇੱਥੇ ਘੁੰਮਣ ਕੇਰੀਆਂ ਚ ਘੁੰਮਦਿਆਂ ਤੁਰੇ ਫਿਰਦਿਆਂ ਨੇ। ਇੱਕ ਬੰਦਾ ਦੂਜੇ ਕੋਲੇ ਜਾਂਦਾ। ਨਗਰ ਨਗਰ ਨੇ ਡੇਰੀਆਂ ਬਾਹਰ ਕੱਢਣ ਦਾ ਪੂਰਾ ਉਪਰਾਲਾ ਕਰ ਲਿਆ ਸੀ। ਤੇ ਇੱਕ ਵਾਰੀ ਚਰਨਜੀਤ ਸਿੰਘ ਚੰਨੀ ਸਾਹਿਬ ਨੇ ਲਾਟੜਾਤੀ ਵਿੱਚ ਪੰਜਾਬ ਦੀ ਆਪਾਂ ਗੱਲ ਕਰ ਲਈ ਹੈ ਜੀ ਪੰਜਾਬ ਦੇ ਵਿੱਚ ਜਿਹੜਾ ਵੱਡਾ ਫੇਰ ਬਦਲ ਹੋ ਚੁੱਕਿਆ ਸਿਆਸਤ ਦੇ ਵਿੱਚ ਤੇ ਵੱਡਾ ਫੇਰ ਬਦਲ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਹੋ ਰਿਹਾ ਸੁਖੂ ਸਾਹਿਬ ਨੇ ਹੈਲਪ ਤਾਂ ਪਹਿਲਾਂ ਲੈ ਲਿਆ ਸੀ ਤੇ ਅੱਜ ਮੰਤਰੀ ਮੰਡਲ ਦਾ ਵਿਸਤਾਰ ਹੋਇਆ ਨਾਲ ਹੀ ਪੰਜਾਬ ਦੇ ਮੁਕਾਬਲੇ ਹਿਮਾਚਲ ਦੇ ਵਿੱਚ ਡੀਜ਼ਲ ਦੀ ਭਾਅ ਆ ਜਿਹੜਾ ਉਹ 5 ਰੁਪਏ ਦਾ ਅੰਤਰ ਸੀ ਲਗਭਗ ਅੱਜ ਉਹਨਾਂ ਨੇ 3 ਰੁਪਏ ਦਾ ਬੋਝ ਪਾਤਾ ਭਾਅ ਪ੍ਰਾਣੀ ਪੈਨਸ਼ਨ ਜਾਂ ਹੋਰ ਜਿਹੜਾ ਵਾਅਦਾ ਕੀਤਾ ਤੇ ਦੇਣਾ ਲੋਕਾਂ ਤੋਂ ਇਕੱਠੇ ਕਰੇ ਲੋਕਾਂ ਨੂੰ ਦੇ ਦੇ ਸੁਖਵਿੰਦਰ ਸਿੰਘ ਸਿੱਕੂ ਨੂੰ ਮੁੱਖ ਮੰਤਰੀ ਬਣਾਇਆ ਡਿਪਟੀ ਸਮਤੀ ਜ਼ਿੰਮੇਵਾਰੀ ਮਗੋਹੇਸ਼ ਅਗਨੀ ਉਤਰੀ ਸਾਹਿਬ ਕੋਲਿਆਂ ਤੇ ਲਗਭਗ ਇੱਕ ਮਹੀਨੇ ਤੋਂ ਬਾਅਦ ਇਹ ਮੰਤਰੀ ਮੰਡਲ ਦਾ ਵਿਸਥਾਰ ਹੋਇਆ 68 ਸੀਟਾਂ ਨੇ ਹੂੰ 40 ਕਾਂਗਰਸ ਕੋਲ ਨੇ 25 ਭਾਜਪਾ ਕੋਲ ਨੇ ਬਾਕੀਆਂ ਕੋਲੇ 3 ਨੇ ਆਮ ਆਦਮੀ ਪਾਰਟੀ ਦੀ ਇੱਕ ਵੀ ਸੀਟ ਨਹੀਂ ਜਿੱਤ ਸਕੀ ਹਮ ਹਰ 5 ਸਾਲ ਬਾਅਦ ਜਿਵੇਂ ਸਰਕਾਰ ਬਦਲਣ ਦਾ ਉਥੇ ਰਵਾਜ ਸੀ ਉਸ ਨੂੰ ਦੁਬਾਰਾ ਤੋਂ ਦੁਹਰਾ ਦਿੱਤਾ ਗਿਆ ਤੇ ਦੂਜੇ ਪਾਸੇ ਜੀ ਸੁਖਪਾਲ ਸਿੰਘ ਖਹਿਰਾ ਵੀ ਕਾਫੀ ਵਰਦੇ ਹੋਏ ਨਜ਼ਰ ਆਏ ਨੇ ਖਾਸ ਤੌਰ ਦੇ ਉੱਤੇ ਫੌਜਾ ਸਿੰਘ ਸਰਾਰੀ ਹੁਰਾਂ ਦੇ ਉੱਤੇ ਲਗਾਤਾਰ ਵਿਰੋਧੀ ਫੌਜਾ ਸਿੰਘ ਸਰਾਰੀ ਨੂੰ ਕੱਲ ਤੋਂ ਹੀ ਘੇਰ ਰਹੇ ਨੇ ਜਿੰਨੇ ਵੀ ਚਾਹੇ ਕਾਂਗਰਸੀ ਨੇ ਚਾਹੇ ਅਕਾਲੀ ਨੇ ਉਹ ਤਾਂ ਗ੍ਰਿਫਤਾਰੀ ਦੀ ਮੰਗ ਵੀ ਕਰਦੇ ਨਜ਼ਰ ਆਏ ਨੇ ਜਿਵੇਂ ਭਗਵੰਤ ਮਾਨ ਕਹਿੰਦੇ ਹੁੰਦੇ ਸੀ ਨਾ ਹਮ ਕਿ ਬੱਦੇ ਆ ਕੇ ਨਾ ਹੱਥ ਲਾ ਕੇ ਦੇਖਦੇ ਆ ਮੈਂਬਰ ਪਾਰਲੀਮੈਂਟ ਕਿਹਾ ਜਾ ਹੁੰਦਾ ਹੈ ਹੁਣ ਅਜੇ 1 ਸਾਲ ਵੀ ਪੂਰਾ ਨਹੀਂ ਹੋਇਆ ਕਿ ਭਗਵੰਤ ਸਿੰਘ ਮਾਨ ਸਰਕਾਰ ਦਾ ਦੂਜਾ ਮੰਤਰੀ ਬਾਰ ਕੱਢਣਾ ਪੈ ਗਿਆ ਹਾਲ ਤਾਂ ਤਰਕਸ਼ ਦੇ ਵਿੱਚ ਤੀਰ ਪ੍ਰਤਾਪ ਸਿੰਘ ਬਾਜਵਾ ਵੀ ਪਾਈ ਬੈਠੇ ਆ ਕਿ ਆ 10 ਦਿਨ ਸਾਨੂੰ ਯਾਤਰਾ ਲੰਘਾ ਲੈੰਦੋ ਫਿਰ ਦੋ ਹੋਰ ਮੰਤਰੀ ਨੇ ਉਹਨਾਂ ਦਾ ਵੀ ਤੁਹਾਨੂੰ ਜਨਮ ਪੱਤਰੀ ਕੱਢ ਕੇ ਦਿੰਨੇ ਆ ਪਰ ਕਹਿੰਦੇ ਸਾਡੇ ਕੋਲ ਹੈਗਾ ਸਾਰਾ ਕੁਝ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੁਰਾ ਨੇ ਚਾਰਖੰਡ ਦੇ ਮੁੱਖ ਮੰਤਰੀ ਹਿਮੰਤ ਸੁਰੇਨ ਹੋਰਾਂ ਦੇ ਨਾਲ ਗੱਲਬਾਤ ਵੀ ਕੀਤੀ ਹੈ ਤੇ ਉਹਨਾਂ ਨੇ ਇੱਕ ਪੱਤਰ ਵੀ ਲਿਖਿਆ ਉਹ ਤੁਹਾਨੂੰ ਯਾਦ ਆ ਪਿਛਲੇ ਦਿਨਾਂ ਦੇ ਵਿੱਚ ਜਦੋਂ ਰੋਪੜ ਦੇ ਵਿੱਚ ਕੋਲਾ ਆਇਆ ਸੀ ਤਾਂ ਜਿਹੜੀ ਪਹਿਲੀ ਖੇਪ ਆਈ ਸੀ ਉੱਥੋਂ ਹਾਲਾਂਕਿ ਪਹਿਲੀ ਖੇਪ ਤਾਂ ਲਹਿਰੇ ਵੱਬਤਾ ਗਈ ਸੀਗੀ ਪਰ ਫੇਰ ਵੀ ਰੋਪੜ ਦੇ ਵਿੱਚ ਪਹਿਲੀ ਸੀ ਉੱਥੇ ਭਗਵੰਤ ਮਾਨ ਸਾਹਿਬ ਆਪ ਖੁਦ ਗਏ ਸੀ ਉਹਨੂੰ ਰਿਸੀਵ ਕਰਨ ਵਾਸਤੇ ਉਹ ਕਹਿੰਦੇ ਕਿ ਦਰਅਸਲ ਪਛਵਾੜਾ ਸੈਂਟਰਲ ਕੋਲਾ ਬਲਾਕ 21 ਦਿਨਾਂ ਤੋਂ ਪੂਰੀ ਤਰ੍ਹਾਂ ਠੱਪ ਹੈ 300 ਕਰੋੜ ਰੁਪਏ ਦਾ ਕੋਲਾ ਸੜ ਰਿਹਾ ਜਿਹਦੇ ਵਿੱਚ 50 ਲੱਖ ਰੁਪਏ ਦਾ ਰੋਜ਼ਾਨਾ ਜਿਹੜਾ சுரேਨ ਸਾਹਿਬ ਤੁਹਾਡੇ ਝਾਰਖੰਡ ਦੇ ਸਰਕਾਰ ਨੂੰ ਵੀ ਉਹਦਾ ਨੁਕਸਾਨ ਹੋ ਰਿਹਾ ਹੈ ਡੀਬੀਐਲ ਕੰਪਨੀ ਜੈ ਮਾ ਤਾਰਾ ਇੰਟਰਪ੍ਰਾਈਜ਼ ਨੂੰ ਵਰਕ ਆਰਡਰ ਸੌਪਿਆ ਇਸ ਕਰਕੇ ਵੈਂਡਰਾਂ ਵਿੱਚ ਭਾਰੀ ਵਿਰੋਧ ਹੈ ਟਵਾ ਟਵਾਈ ਦਾ ਕੰਮ 2 ਦਸੰਬਰ ਨੂੰ ਟਰਾਂਸਪੋਰਟਰਾਂ ਵੱਲੋਂ 8 ਸਾਲ ਪਹਿਲਾਂ ਦਾ ਬਕਾਇਆ ਦੇਣ ਦੇ ਲਿਖਤੀ ਵਾਅਦੇ ਤੋਂ ਬਾਅਦ ਸੁਚਾਰੀ ਟੰਗ ਨਾਲ ਸ਼ੁਰੂ ਹੋ ਗਿਆ ਸੀ ਪਰ ਇਹ ਥੋੜਾ ਜਿਹੀ ਚੱਲਿਆ 18 ਦਿਨਾਂ ਤੱਕ ਕਰੀਬ 40000 ਟਨ ਕੋਲੇ ਦੀ ਢੋਾਈ ਕੀਤੀ ਗਈ ਕੋਲੇ ਦੇ ਨਾਉ ਰੈਕ ਪੰਜਾਬ ਪੁੱਜ ਗਏ ਸੀ 21 ਦਿਨਾਂ ਵਿੱਚ ਡੀਬੀਐਲ ਨੇ ਕਿਹਾ ਕਿ ਜੇ ਮਾਂ ਤਾਰਾ ਇੰਟਰਪ੍ਰਾਈਜ਼ ਧਰਵਾਦ ਨੂੰ ਦਿੱਤਾ ਜਾਵੇਗਾ ਇਹ ਸਾਰਾ ਜਿਹੜਾ ਕੰਮ ਹੈਗਾ ਇਹਦੇ ਤੇ ਜਿਹੜੇ ਦੂਜੇ ਵੈਂਡਰ ਨੇ ਉਹ ਗੁੱਸੇ 'ਚ ਆ ਕੇ ਤੇ ਉਹਨਾਂ ਨੇ ਕੋਲੇ ਦੀ ਖਦਾਈ ਦਾ ਦਰਵਾਜ਼ਾ ਬੰਦ ਕਰ ਦਿੱਤਾ ਸਿਆਸੀ ਕਮਾਸਾਨ ਦੇਖ ਰਹੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਸਿਆਸੀ ਕਮਾਸਣ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਮੁੱਦਿਆਂ ਉੱਤੇ ਗੱਲਬਾਤ ਕਰਦੇ ਹਾਂ ਤੇ ਤੁਸੀਂ ਵੀ ਇਸ ਪ੍ਰੋਗਰਾਮ ਦਾ ਹਿੱਸਾ ਬਣਦੇ ਹੋ ਸਾਨੂੰ ਕਾਲ ਜ਼ਰੂਰ ਕਰਿਓ ਸਟੂਡੀਓ ਦਾ ਨੰਬਰ ਤੁਹਾਡੀ ਸਕਰੀਨ ਦੇ ਉੱਤੇ ਲਗਾਤਾਰ ਸ਼ੋਅ ਹੁੰਦਾ ਰਹੇਗਾ ਚੱਲਦੇ ਪ੍ਰੋਗਰਾਮ ਦੇ ਦੌਰਾਨ ਸਿਆਸੀ ਕਮਾਸਣ ਪ੍ਰੋਗਰਾਮ ਤੁਸੀਂ ਸਾਡੇ ਹਰ ਪਲੇਟਫਾਰਮ ਦੇ ਉੱਤੇ ਦੇਖ ਸਕਦੇ ਹੋ ਜਿਸ ਤਰ੍ਹਾਂ ਸਾਡਾ ਫੇਸਬੁੱਕ ਦਾ ਪੇਜ ਹੈ ਉਹਦੇ ਉੱਤੇ ਵੀ ਦੇਖ ਸਕਦੇ ਹੋ ਆਈ ਪੀ ਟੀਵੀ ਦੇ ਉੱਤੇ ਵੀ ਤੁਸੀਂ ਸਿਆਸੀ ਕਮਾਸਣ ਦੇਖ ਸਕਦੇ ਹੋ ਤੇ ਹੁਣ ਦਰਸ਼ਕਾਂ ਨੂੰ ਦੱਸ ਦਈਏ ਕਿ ਜਿਸ ਤਰ੍ਹਾਂ ਦੇ ਨਾਲ ਅਸੀਂ ਸਮਾਂ ਸਾਰਨੀ ਦੇ ਵਿੱਚ ਤਬਦੀਲੀ ਕੀਤੀ ਹੈ ਤਾਂ ਉਸੇ ਤਰ੍ਹਾਂ ਇੱਕ ਖੁਸ਼ਖਬਰੀ ਜੋ ਲਗਾਤਾਰ ਅਸੀਂ ਤੁਹ ਸਾਡਾ ਮੰਚ D5 ਚੈਨਲ ਪੰਜਾਬੀ ਦਾ ਮੰਚ ਤੁਹਾਡਾ ਆਪਣਾ D5 ਚੈਨਲ ਪੰਜਾਬੀ ਹੁਣ ਵਿਦੇਸ਼ਾਂ ਦੇ ਵਿੱਚ ਵੀ ਪੂਰੀ ਤਾਕਤ ਪਾ ਰਿਹਾ ਹੈ ਵਿਦੇਸ਼ਾਂ ਦੇ ਵਿੱਚ ਵੀ ਚੈਨਲ ਸ਼ੁਰੂ ਹੋ ਚੁੱਕਿਆ ਹੈ ਲਾਂਚ ਹੋ ਚੁੱਕਿਆ ਹੈ ਉੱਥੋਂ ਦੇ ਜਿੰਨੇ ਵੀ ਪਲੇਟਫਾਰਮਸ ਨੇ ਖਾਸ ਕਰਦੇ ਉੱਤੇ ਕੈਨੇਡਾ ਦੇ ਵਿੱਚ ਰੋਜ਼ਰ ਹੋ ਗਿਆ ਜਾਂ ਫਿਰ ਟੂਬਰ ਹੋ ਗਿਆ ਸ਼ਾਓ ਹੋ ਗਿਆ ਇਸ ਤੋਂ ਇਲਾਵਾ ਜਿੰਨੇ ਵੀ ਕੈਵਲ ਨੈਟਵਰਕਸ ਨੇ ਉਹਨਾਂ ਦੇ ਉੱਤੇ ਲਗਾਤਾਰ ਤੁਸੀਂ ਸਾਡੇ ਸਾਰੇ ਪ੍ਰੋਗਰਾਮ ਦੇਖ ਸਕਦੇ ਹੋ D5 ਚੈਨਲ ਪੰਜਾਬੀ ਦੇ ਮਾਧਿਅਮ ਰਾਹੀਂ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਜੁੜਿਆ ਕਰੋ ਜੀ ਸਾਨੂੰ ਕਾਲ ਜ਼ਰੂਰ ਕਰਿਆ ਕਰੋ ਤੇ ਬੇਨਤੀ ਇਹੀ ਹੁੰਦੀ ਹੈ ਕਿ ਜਿੰਨੇ ਵੀ ਅਸੀਂ ਮੁੱਦੇ ਇਸ ਪ੍ਰੋਗਰਾਮ ਦੇ ਵਿੱਚ ਵਿਚਾਰ ਰਹੇ ਹੁੰਦੇ ਆ ਤੇ ਉਸੇ ਦੇ ਉੱਤੇ ਹੀ ਆਪਣਾ ਪ੍ਰतिकਰਮ ਬਿਆ ਕਰੋ ਤੇ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਲਈ ਪਹੁੰਚੇ ਨੇ ਸਾਡੇ ਨਾਲ ਜੁੜੇ ਨੇ ਸੀਨੀਅਰ ਐਡੀਟਰ ਜਸਪਾਲ ਸਿੰਘ ਟੇਲੋਂ ਟੇਲੋਂ ਸਾਹਿਬ ਦਾ ਸਵਾਗਤ ਕਰਦੇ ਆ ਸਰ ਸਵਾਗਤ ਹੈ ਜੀ ਸ਼ੁਕਰੀਆ ਜੀ ਬਹੁਤ ਬਹੁਤ ਮਿਹਰਬਾਨੀ ਟੇਲੋਂ ਸਾਹਿਬ ਕੱਲ ਪੰਜਾਬ ਮੰਤਰੀ ਮੰਡਲ ਦੇ ਵਿੱਚ ਫੇਰ ਬਤਲ ਹੋਇਆ ਡਾਕਟਰ ਬਲਵੀਰ ਸਿੰਘ ਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਪਿਛੇ ਤੋਂ ਡਾਕਟਰ ਨੇ ਤੇ ਉਹਨਾਂ ਨੂੰ ਸੇਤ ਵਿਭਾਗ ਸੌਂਪ ਦਿੱਤਾ ਗਿਆ ਆਪਾਂ ਲਗਾਤਾਰ ਕੱਲ ਵੀ ਇਸੇ ਪ੍ਰੋਗਰਾਮ ਦੇ ਵਿੱਚ ਚਰਚਾ ਕੀਤੀ ਸੀ ਤੇ ਉਹ ਅੱਜ ਪਟਿਆਲਾ ਪਹੁੰਚੇ ਨੇ ਪਟਿਆਲਾ ਉਹਨਾਂ ਨੇ ਸਰਕਟ ਹਾਊਸ ਦੇ ਵਿੱਚ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ ਹੈ ਤੇ ਇਸ ਤੋਂ ਇਲਾਵਾ ਗੁਰਦੁਆਰਾ ਸ੍ਰੀ ਦੁਖਨਵਰਨ ਸਾਹਿਬ ਵਿਖੇ ਵੀ ਨਤਮਸਤਕ ਹੋਏ ਨੇ ਤੇ ਕੱਲ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਹਣਾਂ ਦੇ ਨਾਲ ਮੁਲਾਕਾਤ ਵੀ ਕਰਨ ਜਾ ਰਹੇ ਨੇ ਦੇਖੋ ਅੱਜ ਉਹਨਾਂ ਦੀ ਪਲੇਠੀ ਪਟਿਆਲਾ ਪੁੱਜਨ ਤੇ ਇਹ ਪ੍ਰੈਸ ਕਾਨਫਰੰਸ ਸੀ ਜੀ ਜਦੋਂ ਵੀ ਕੋਈ ਮੰਤਰੀ ਬਣ ਕੇ ਕਿਤੇ ਜਾਂਦਾ ਹੈ ਖਾਸ ਕਰ ਸਭ ਤੋਂ ਪਹਿਲਾਂ ਉਹ ਆਪਣੇ ਜ਼ਿਲ੍ਹੇ ਵਿੱਚ ਆਉਂਦੇ ਨੇ ਹਾਂ ਤਾਂ ਉਹਨਾਂ ਨੂੰ ਪੁਲਿਸ ਦਸਤਿਆਂ ਵੱਲੋਂ ਵਿਸ਼ੇਸ਼ ਸਨਮਾਨ ਜਿਹਨੂੰ ਅੰਗਰੇਜ਼ੀ ਦੇ ਵਿੱਚ ਅਸੀਂ ਕਹਿੰਦੇ ਹਾਂ ਗਾਰਡ ਆਫ ਆਨਰ ਉਹਨਾਂ ਵੱਲੋਂ ਸਲਾਮੀ ਦਿੱਤੀ ਜਾਂਦੀ ਹੈ ਤੇ ਪਟਿਆਲਾ ਵਿਖੇ ਵੀ ਡਾਕਟਰ ਬਲਬੀਰ ਸਿੰਘ ਨੂੰ ਸਰਕਟ ਹਾਊਸ ਪਟਿਆਲਾ ਵਿਖੇ ਪਹੁੰਚਨ ਤੇ ਜਿਲਾ ਪੁਲਿਸ ਦੀ ਟੀਮ ਵੱਲੋਂ ਉਹਨਾਂ ਨੂੰ ਇਹ ਵਿਸ਼ੇਸ਼ ਗਾਡ ਆਫ ਓਨਰ ਦਿੱਤਾ ਗਿਆ ਸਲਾਮੀ ਦਿੱਤੀ ਗਈ ਇਸ ਮੌਕੇ ਆਈਜੀ ਪਟਿਆਲਾ ਰੇਂਜ ਸ਼੍ਰੀ ਮੁਖਵੰਦਰ ਸਿੰਘ ਸ਼ੀਨਾ ਡਿਪਟੀ ਕਮਿਸ਼ਨਰ ਬੀਬੀ ਸਾਖੀ ਸਾਨੀ ਜਿਲਾ ਪੁਲਿਸ ਮੁਖੀ ਸ਼੍ਰੀ ਵਰਨ ਚਰਮਾ ਅਤੇ तमाम ਹੋਰ ਅਧਿਕਾਰੀ ਗਨ ਹਾਜ਼ਰ ਸਨ ਉਹ ਇੱਥੇ ਆਏ ਉਹਨਾਂ ਨੂੰ ਇਹ ਵਿਸ਼ੇਸ਼ ਕਿਸਮ ਦਾ ਸਲਾਮ ਸਲਾਮੀ ਵਾਲਾ ਵਿਹਾਰ ਦਿੱਤਾ ਗਿਆ ਇੱਕ ਮਾਨ ਹੁੰਦਾ ਹੈ ਜਦੋਂ ਵੀ ਕੋਈ ਵਿਸ਼ੇਸ਼ ਰੁਤਬੇ ਨਾਲ ਵਿਅਕਤੀ ਆਉਂਦਾ ਤੁਸੀਂ ਆਪ ਹੀ ਦੱਸਿਆ ਉਹਨਾਂ ਨੇ ਅੱਜ ਸਭ ਤੋਂ ਪਹਿਲਾਂ ਗੁਰਦੁਆਰਾ ਦੁੱਖਨਮਰਨ ਸਾਹਿਬ ਨਤਮਸਤਕ ਹੋਏ ਨੇ ਸਾਡੇ ਦੋ ਹੋਰ ਇਤਿਹਾਸਕ ਥਾਂ ਨੇ ਕਾਲੀ ਦੇਵੀ ਮੰਦਿਰ ਤੇ ਪੀਰ ਬਾਬਾ ਰੋਡੇਸ਼ਾ ਹਰ ਵਿਅਕਤੀ ਉੱਥੇ ਜਾ ਕੇ ਨਤਮਸਤਕ ਹੁੰਦਾ ਹੀ ਹੁੰਦਾ ਹੈ ਪਹਿਲੀ ਪ੍ਰੈਸ ਮਿਲਣੀ ਦੇ ਵਿੱਚ ਡਾਕਟਰ ਬਲਬੀਰ ਸਿੰਘ ਨੇ ਕਿਹਾ ਹੈ ਕਿ ਬਹੁਤ ਸਾਰੇ ਬਲੂਪ੍ਰਿੰਟ ਸ਼ਹਿਰ ਦਾ ਵਿਕਾਸ ਅਜਿਹੇ ਮਾਮਲਿਆਂ ਦੇ ਵਿੱਚ ਕੱਲ ਨੂੰ 9 ਤਰੀਕ ਨੂੰ ਸੋਮਵਾਰ ਵਾਲੇ ਦਿਨ ਮੇਰੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮੁਲਾਕਾਤ ਹੈ ਉਹਨਾਂ ਨੇ ਟਾਈਮ ਦਿੱਤਾ ਹੈ ਉਹਨਾਂ ਦੇ ਨਾਲ ਬੈਠ ਕੇ ਮੈਂ ਪੂਰਾ ਇੱਕ ਬਲੂਪ੍ਰਿੰਟ ਬਣਾ ਕੇ ਲੈ ਕੇ ਜਾਵਾਂਗਾ ਜਿਹੜਾ ਉਹਨਾਂ ਦੇ ਨਾਲ ਕੱਲੀ-ਕੱਲੀ ਗੱਲ ਦੇ ਉੱਤੇ ਮੈਂ ਵਿਚਾਰ ਪਟਾੰਦਰਾ ਕਰਾਂਗੇ ਔਰ ਪੰਜਾਬ ਦੇ ਵਿੱਚ ਖਾਸ ਕਰ ਪਟਿਆਲਾ ਜ਼ਿਲ੍ਹੇ ਦੇ ਵਿੱਚ ਬਿਉਂਤ ਬੰਦੀ ਨਾਲ ਵਿਕਾਸ ਕਿਵੇਂ ਕਰਨੇ ਨੇ ਉਹਨਾਂ ਦੀ 1 2 3 4 ਇਸ ਤਰ੍ਹਾਂ ਦੀ ਸੂਚੀ ਤਿਆਰ ਕੀਤੀ ਜਾਵੇਗੀ ਤਾਂ ਜੋ ਜਿਵੇਂ ਜਿਵੇਂ ਫੰਡ ਇਸ਼ੂ ਹੋਣਗੇ ਪੜਾ ਵਾਰ ਅਸੀਂ ਉਹਨਾਂ ਤੇ ਉੱਤੇ ਕੰਮ ਕਰ ਸਕੀਏ ਕੁਝ ਚੀਜ਼ਾਂ ਨੇ ਡਾਕਟਰ ਸਾਹਿਬ ਜਿਨ੍ਹਾਂ ਤੇ ਖਰਚਾ ਹੋਣਾ ਹੈ ਕੁਝ ਜਈਆਂ ਨੇ ਜਿਨ੍ਹਾਂ ਤੇ ਕੋਈ ਖਰਚਾ ਨਹੀਂ ਹੋਣਾ ਖਾਸ ਕਰ ਆਵਾਜਾਈ ਨੂੰ ਸੁਧਾਰਨ ਪ੍ਰਤੀ ਹੂੰ ਬਹੁਤ سارے ਕਦਮ ਚੱਕਣ ਦੇ ਨਾਲ ਹੀ ਆਵਾਜਾਈ ਚ ਸੁਧਾਰ ਹੋ ਸਕਦਾ ਹੈ। ਔਰ ਮੇਰਾ ਖਿਆਲ ਹੈ ਕਿ ਇੱਥੇ ਤਾਂ ਬਹੁਤ ਸਾਰੇ ਸੀਨੀਅਰ ਅਧਿਕਾਰੀ ਜਿਹੜੇ ਆਵਾਜਾਈ ਲਈ ਜ਼ਿੰਮੇਵਾਰ ਨੇ ਬੋਲਟ ਮੋਟਰਸਾਈਕਲ ਵਾਲੇ ਉਹਦੇ ਗੇਟ ਤੇ ਖੜਕੜ ਪਟਾਕੇ ਮਾਰਦੇ ਆ। ਇੱਥੇ ਤਾਂ ਕੋਈ ਖਰਚ ਨਹੀਂ ਆਉਣਾ। ਜਿਹੜੇ ਆ ਹੋਰ ਕੁਝ ਚੀਜ਼ਾਂ ਨੇ ਜਿਵੇਂ ਰੇੜੀਆਂ ਪੈਸੇ ਲੈ ਕੇ ਦੁਕਾਨਦਾਰ ਲਵਾਉਂਦੇ ਨੇ ਤੇ ਆਵਾਜਾਈ ਵਿੱਚ بگੜ ਜਾਂਦਾ ਹੈ ਤੁਹਾਡੇ ਆਪਣੇ ਖੇਤਰ ਦੀ ਪਾਸੀ ਰੋਡ ਦੀ ਬੀਤੀ ਰਾਤ ਤੋਂ ਹੀ ਲਾਈਟ ਬੰਦ ਹੈ ਪਤਾ ਨਹੀਂ ਕਿਸ ਕਾਰਨ ਕਰਕੇ ਇਹ ਕਾਰਪੋਰੇਸ਼ਨ ਨੇ ਤੁਹਾਨੂੰ ਤੋਹਫਾ ਦਿੱਤਾ ਅੱਜ ਪਟਿਆਲਵਿਆਂ ਦੀ ਤੁਹਤੋ ਵੀ ਮੰਗ ਰਹੇਗੀ ਕਿ ਨਗਰ ਨਿਗਮ ਪਾਸੀ ਰੋਡ ਨੂੰ ਵਪਾਰਕ ਖੇਤਰ ਵਿੱਚ ਪਾਉਣ ਜਾ ਰਿਹਾ ਹੈ ਸ਼ਿਕਾਇਤਾਂ ਤੇ ਸੁਝਾਅ ਮੰਗੇ ਨੇ ਉਮੀਦ ਆ ਤੁਸੀਂ ਇਹਦੇ ਤੇ ਵੀ ਇਸੇ ਪਾਸੀ ਰੋਡ ਦੇ ਉੱਤੇ ਤੁਹਾਡਾ ਆਪਣਾ এনवायरमेंट ਪਾਰਕ ਹੈ ਵਾਤਾਵਰਣ ਪਾਰਕ ਹੈ ਜਿਹਦੇ ਤੁਸੀਂ ਸਭ ਤੋਂ ਪਹਿਲੇ ਪ੍ਰਧਾਨ ਸੀ ਤੇ ਜਿਹੜਾ 2.5 ਤੋਂ 3000 ਵਿਅਕਤੀ ਰੋਜ਼ਾਨਾ ਸੈਰ ਕਰਕੇ ਤਾਜ਼ਗੀ ਲੈਂਦਾ ਹੈ ਵਪਾਰਕ ਹੋਣ ਦੇ ਨਾਲ ਇਹ ਤਾਂ ਖਤਮ ਹੀ ਹੋ ਜਾਵੇਗਾ। ਅਰ ਅੱਜ ਦੇ ਜਮਾਨੇ ਦੇ ਵਿੱਚ ਜੰਗਲਾਤ ਬਹੁਤ ਜ਼ਰੂਰੀ ਹੈ। ਲਗਾਤਾਰ ਜੰਗਲਾਤ ਦਾ ਘਟਣਾ ਅਜੇ ਪਟਿਆਲਾ ਫਿਰ ਥੋੜਾ ਜਿਹਾ ਬਚਿਆ ਹੈ। ਇੱਕ ਆਪਣੇ ਆਪ ਦੇ ਵਿੱਚ ਕਾਫੀ ਅਹਿਮ ਗੱਲਾਂ ਨੇ। ਅਸੀਂ ਉਮੀਦ ਰੱਖਦੇ ਹਾਂ ਕਿ ਤੁਸੀਂ ਇਹਨਾਂ ਮਾਮਲਿਆਂ ਦੇ ਵਿੱਚ ਜ਼ਰੂਰ ਕੋਈ ਨਾ ਕੋਈ ਕਦਮ ਉਠਾਓਗੇ। ਔਰ ਜਿਹੜੇ ਗੈਰ ਮਨੁੱਖਤਾ ਵਾਲੇ ਕਦਮ ਉਠਾਉਣ ਵਾਲੇ ਪਾਸੇ ਲੋਕ ਜਾ ਰਹੇ ਨੇ ਜਾਂ ਅਦਾਰੇ ਜਾ ਰਹੇ ਨੇ ਉਹਨਾਂ ਦਾ ਬਚਾ ਕਰਾ ਕੇ ਦਿਓਗੇ ਅੱਜ ਸ਼ਹਿਰਾਂ ਦੇ ਵਿੱਚ ਜਿਵੇਂ ਉਸਾਰੀਆਂ ਹੋ ਰਹੀਆਂ ਨੇ ਤਾਜ਼ਗੀ ਵਾਲਾ ਕਟੜਾ ਕਰਮ ਬਹੁਤ ਸੀਮਿਤ ਤੌਰ ਤੇ ਸਿਮਟ ਕੇ ਰਹਿ ਗਿਆ ਤੇ ਤੁਹਾਡਾ ਤਾਂ ਖੁਦ ਦਾ ਸੁਪਨਾ ਹੈ ਕਿ ਆਪਾਂ ਜਗਲਾਤ ਨੂੰ ਵਧਾਈਏ ਵੱਧ ਤੋਂ ਵੱਧ ਬੂਟੇ ਲਾਈਏ ਬੂਟੇ ਲਾਉਣੇ ਨਹੀਂ ਬੂਟੇ ਲਾ ਕੇ ਪਾਲਣੇ ਜ਼ਰੂਰੀ ਹੈ ਸੋ ਉਮੀਦ ਕੀਤੀ ਜਾ ਸਕਦੀ ਹੈ ਕਿ ਤੁਸੀਂ ਇਸ ਪਾਸੇ ਵੱਲ ਪਾਇਲ ਦੇ ਆਧਾਰ ਤੇ ਜਿਵੇਂ ਸ਼ਹਿਰਾਂ ਦਾ ਮਾਮਲਾ ਪਟਿਆਲਾ ਅੰਦਰੂਨ ਸ਼ਹਿਰ ਦਾ ਮਾਮਲਾ ਦੂਜੇ ਤੀਜੇ ਹੈ ਜਿਹੜਾ ਭਾਰੀ ਵਾਹਨ ਇੱਥੇ ਦੰਦ ਲਾਉਂਦੇ ਤਰ੍ਹਾਂ ਫਿਰਦੇ ਆ ਤੁਸੀਂ ਜ਼ਿਲ੍ਹਾ ਪੁਲਿਸ ਮੁਖੀ ਨੂੰ ਕਹਿ ਕੇ ਜਿਹੜਾ ਸਮਾਣਾ ਸੰਗਰੂਰ ਵਾਲੇ ਪਾਸੇ ਤੋਂ ਜਾਂ ਚੰਡੀਗੜ੍ਹ ਪਾਲੇ ਪਾਸੇ ਤੋਂ ਸਰਹੰਦ ਵਾਲੇ ਪਾਸੇ ਤੋਂ ਭਾਰੀ ਵਾਹਨ ਸ਼ਹਿਰ ਦੇ ਵਿੱਚ ਦਾਖਲ ਹੁੰਦੇ ਨੇ ਇਹਨਾਂ ਨੂੰ ਬਾਈਪਾਸ ਦੇ ਪਾਸੋਂ ਤੋੜ ਕੇ ਸਮਾਣਾ ਸੰਗਰੂਰ ਸਾਈਡ ਤੇ ਉਧਰੋਂ ਆਉਂਦੇ ਵਾਹਨਾਂ ਨੂੰ ਚੰਡੀਗੜ੍ਹ ਜਾਂ ਸਿੱਧਾ ਦੂਜੇ ਪਾਸੇ ਨੂੰ ਸਰਹੰਦ ਵਾਲੇ ਪਾਸੇ ਨੂੰ ਤੋਰਨ ਲਈ ਇਸ ਤਰ੍ਹਾਂ ਦੇ ਕਦਮ اٹھਾਉਣ ਬਹੁਤਾਂ ਯਤਨ ਕਰੋਗੇ ਔਰ ਜਿਹੜੇ ਬਾਈਪਾਸ ਸਾਡੇ ਰੁਕੇ ਪਏ ਨੇ ਉਹਨਾਂ ਨੂੰ ਵੀ ਬਰਮਾਉਣ ਦਾ ਯਤਨ ਕਰੋਗੇ ਬਸ ਅੱਡਾ ਬਾਹਰ ਜਾਣਾ ਡੇਰੀਆਂ ਬਾਹਰ ਨਹੀਂ ਨਿਕਲੀਆਂ 30 ਸਾਲ ਹੋ ਗਏ ਇੱਥੇ ਘੁੰਮਣ ਕੇਰੀਆਂ ਚ ਘੁੰਮਦਿਆਂ ਤੁਰੇ ਫਿਰਦਿਆਂ ਨੇ ਇੱਕ ਬੰਦਾ ਦੂਜੇ ਕੋਲੇ ਜਾਂਦਾ ਨਗਰ ਨਿਕਮਣੇ ਡੇਰੀਆਂ ਬਾਹਰ ਕੱਢਣ ਦਾ ਪੂਰਾ ਉਪਰਾਲਾ ਕਰ ਲਿਆ ਸੀ ਤੇ ਇੱਕ ਵਾਰੀ ਚਰਨਜੀਤ ਸਿੰਘ ਚੰਨੀ ਸਾਹਿਬ ਨੇ ਲਾਤੌੜਾ ਦੀ ਵਿੱਚ ਔਰ ਇਹ ਕਹਿੰਦੇ ਕੁਛ ਨੇ ਕਰਦੇ ਕੁਛ ਨੇ ਹੁਣ ਥੋੜਾ ਜਿਆ ਸਖਤ ਹੋਇਆ ਕਾਰਪੋਰੇਸ਼ਨ ਕਈਆਂ ਦੇ ਚਲਾਨ ਵਗੈਰਾ ਵੀ ਕੱਟੇ ਗਏ ਨੇ ਔਰ ਬਹੁਤ ਸਾਰਾ ਸੀਵਰੇਜ ਦੇ ਵਿੱਚ ਹੀ ਇਹ ਗੋਹਾ ਪਾਇਆ ਜਾਂਦਾ ਹੈ ਕਈ ਵਾਰ ਖੜ ਕੇ ਦੇਖਿਆ ਕਿ ਉੱਥੇ ਅੰਡਰ ਗਵਰਨਮੈਂਟ ਵੀ ਜਿਹੜੇ ਆ ਸੀਵਰੇਜ ਦੇ ਵਿੱਚੋਂ ਨਿਕਲਦੇ ਨੇ ਕੁਝ ਮੜੀ-ਮੁੱਟੀ ਅਕਲ ਸਾਨੂੰ ਵੀ ਕਰ ਲੈਣੀ ਚਾਹੀਦੀ ਹੈ। ਔਰ ਕੱਲੇ ਮੰਤਰੀ ਮੰਡਲ ਨੇ ਕਮਿਸ਼ਨਰ, ਡੀਸੀ, ਐਸਐਸਪੀ ਇਹਨਾਂ ਨੇ ਨਹੀਂ ਕਰਨਾ ਜਿਹੜੇ ਫਰਜ਼ ਸਾਡੇ ਨੇ ਉਹ ਸਾਨੂੰ ਵੀ ਨਿਭਾਉਣੇ ਪੈਣਗੇ ਜੀਤਰਵਿੰਦਰ ਜੀ। ਜੀ ਬਿਲਕੁਲ ਢਿਲੋ ਸਾਹਿਬ ਪੰਜਾਬ ਦੀ ਆਪਾਂ ਗੱਲ ਕਰ ਲਈ ਹੈ ਜੀ ਪੰਜਾਬ ਦੇ ਵਿੱਚ ਜਿਹੜਾ ਵੱਡਾ ਫੇਰਬਦਲ ਹੋ ਚੁੱਕਿਆ ਸਿਆਸਤ ਦੇ ਵਿੱਚ ਤੇ ਵੱਡਾ ਫੇਰਬਦਲ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਹੋਇਆ ਹੈ। ਹਿਮਾਚਲ ਪ੍ਰਦੇਸ਼ ਦੇ ਵਿੱਚ ਪਹਿਲੇ 7 ਜਿਹੜੇ ਮંત્રી ਨੇ ਉਹਨਾਂ ਨੇ ਆਪਣਾ ਹਲਫ਼ ਲੈ ਲਿਆ ਸੁਖਵਿੰਦਰ ਸਿੰਘ ਸੁਖੂ ਮੁੱਖ ਮੰਤਰੀ ਬਣੇ ਸੀਗੇ ਤੇ ਅਗਨੀ ਹੋਤਰੀ ਸਾਹਿਬ ਉਤੋਂ ਦੇ ਡਿਪਟੀ ਮੁੱਖ ਮੰਤਰੀ ਬਣੇ ਸੀਗੇ ਤੇ ਹੁਣ 7 ਨਵੇਂ ਮੰਤਰੀਆਂ ਨੇ ਹਲਫ਼ ਲੈ ਲਿਆ ਤੇ ਨਾਲ ਹੀ ਸਰਕਾਰ ਦਾ ਵਿਸਤਾਰ ਹੁੰਦੇ ਸਾਰੀ ਮੰਤਰੀ ਮੰਡਲ ਦਾ ਵਿਸਤਾਰ ਹੁੰਦੇ ਸਾਰ ਹੀ ਹਿਮਾਚਲ ਵਾਸੀਆਂ ਨੂੰ ਥੋੜਾ ਜਿਹਾ ਝਟਕਾ ਵੀ ਲੱਗ ਗਿਆ ਹੈ ਕਾਰਨ ਇਹ ਕਿ ਉੱਥੇ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋ ਗਿਆ ਹੈ ਅੱਜ ਹੀ ਹਲਫ਼ ਲਿਆ ਤੇ ਅੱਜ ਹੀ ਵਾਧਾ ਹੋਇਆ ਹੈ ਸਕੂਜ਼ਾ ਆਪਣੇ ਹੈਲਪ ਤਾਂ ਪਹਿਲਾਂ ਲੈ ਲਿਆ ਸੀ ਤੇ ਅੱਜ ਮੰਤਰੀ ਮੰਡਲ ਦਾ ਵਿਸਤਾਰ ਹੋਇਆ ਨਾਲ ਹੀ ਪੰਜਾਬ ਦੇ ਮੁਕਾਬਲੇ ਹਿਮਾਚਲ ਦੇ ਵਿੱਚ ਡੀਜ਼ਲ ਦੀ ਭਾਅ ਆ ਜਿਹੜਾ ਉਹ 5 ਰੁਪਏ ਦਾ ਅੰਤਰ ਸੀ ਲਗਭਗ ਅੱਜ ਉਹਨਾਂ ਨੇ 3 ਰੁਪਏ ਦਾ ਬੋਝ ਪਾਤਾ ਭਾਅ ਪੁਰਾਣੀ ਪੈਨਸ਼ਨ ਜਾਂ ਹੋਰ ਜਿਹੜਾ ਵਾਅਦਾ ਕੀਤਾ ਤੇ ਦੇਣ ਹੈ ਲੋਕਾਂ ਤੋਂ ਇਕੱਠੇ ਕਰੇ ਲੋਕਾਂ ਨੂੰ ਦੇ ਦੇਓ ਅੱਜ ਪੁਰਾਣੀ ਪੈਨਸ਼ਨ ਵਾਲੇ ਸੋਚਦੇ ਹੋਣਗੇ ਕਿ ਪੈਨਸ਼ਨ ਤਾਂ ਪਤਾ ਨਹੀਂ ਕਦੋਂ ਮਿਲੇਗੀ ਆ ਸਭ ਤੋਂ ਪਹਿਲਾਂ ਭਾਰ ਡੀਜ਼ਲ ਦੇ ਭਾਅ ਤਾਂ ਹੀ ਪੈ ਗਿਆ ਸੋ ਜਿਹੜਾ ਹੁਣ ਪਤਾ ਲੱਗਿਆ ਕਿ ਸਾਬਕਾ ਲੋਕ ਸਭਾ ਮੈਂਬਰ ਤੇ ਸਭ ਤੋਂ ਪੁਰਾਣੇ ਵਿਧਾਇਕ ਧਨੀ RAM SANDAL SANDEL ਜੋ ਸਲਾਈ ਤੋਂ 6 ਵਾਰ ਵਿਧਾਇਕ ਨੇ ਹਾਂ ਤਦ ਉਹਗੇ 6 ਵਾਰ ਵਧਾਇਆ ਕਿ ਨੇ ਜਿਹੜੇ ਹਰਸ਼ਵਰਧਨ ਚੋਹਾਨ ਕਨੌਰ ਦੇ ਸਾਬਕਾ ਡਿਪਟੀ ਸਪੀਕਰ ਜਗਤ ਸਿੰਘ ਨੇਗੀ ਸਾਬਕਾ ਮੁੱਖ ਮੰਤਰੀ ਵੀਰਪੱਧਰ ਸਿੰਘ ਦੇ بیٹے ਸ਼ਿਮਲਾ ਦਿਹਾਤੀ ਤੋਂ ਵਧਾਇਆ ਇੱਕ ਵਿਕਰਮ ਦਿੱਤਿਆ ਸਿੰਘ ਕਾਂਗੜਾ ਜਿਵਾਲੀ ਤੋਂ ਚੰਦਰ ਕੁਮਾਰ ਕੁਸਮਪੱਟੀ ਤੋਂ ਵਧਾਇਆ ਅਨੁਰਧ ਸਿੰਘ ਜੁਗਲ ਖੋਟਖਾਈ ਤੋਂ ਵਧਾਇਆ ਰੋਹਿਤ ਖਾਕਰ ਚਾਰ ਵਾਰ ਦੇ ਵਿਧਾਇਕ ਨੇ ਇਹਨਾਂ ਨੂੰ ਵੀ ਮਤਲਬ ਮੰਤਰੀ ਮੰਡਲ ਚ ਸ਼ਾਮਲ ਕਰ ਲਿਆ ਹੈ ਮੇਰੇ ਉਜ ਤੱਕ ਇਹ ਨਹੀਂ ਸਮਝਾ ਤੁਸੀਂ ਹਿਮਾਚਲ ਨਾਲ ਜਿਆਦਾ ਬਾ ਵਾਸਤਾ ਤਰਵਿੰਦਰ ਜੀ ਜੀ ਕਿਸੇ ਔਰਤ ਉਮੀਦਵਾਰ ਨੂੰ ਕੋਈ ਜ਼ਿੰਮੇਵਾਰੀ ਦਿੱਤੀ ਹੈ ਨਹੀਂ ਜੀ ਫਿਲਹਾਲ ਨਹੀਂ ਸੋ ਸੁਖਵਿੰਦਰ ਸਿੰਘ ਸਿੱਕੂ ਨੂੰ ਮੁੱਖ ਮੰਤਰੀ ਬਣਾਇਆ ਡਿਪਟੀ సీఎం ਦੀ ਜ਼ਿੰਮੇਵਾਰੀ ਮਗੋੇਸ਼ ਅਗਨੀਓਤਰੀ ਸਾਹਿਬ ਕੋਲ ਅਤੇ ਲਗਭਗ 1 ਮਹੀਨੇ ਤੋਂ ਬਾਅਦ ਇਹ ਮੰਤਰੀ ਮੰਡਲ ਦਾ ਵਿਸਥਾਰ ਹੋਇਆ 68 ਸੀਟਾਂ ਨੇ ਹੂੰ 40 ਕਾਂਗਰਸ ਕੋਲ ਨੇ 25 ਭਾਜਪਾ ਕੋਲ ਨੇ ਬਾਕੀਆਂ ਕੋਲੇ 3 ਨੇ ਆਮ ਆਦਮੀ ਪਾਰਟੀ ਦੀ ਇੱਕ ਵੀ ਸੀਟ ਨਹੀਂ ਜਿੱਤ ਸਕੀ ਹਮ ਹਰ 5 ਸਾਲ ਬਾਅਦ ਜਿਵੇਂ ਸਰਕਾਰ ਬਦਲਣ ਦਾ ਉਥੇ ਰਵਾਜ ਸੀ ਉਸ ਨੂੰ ਦੁਬਾਰਾ ਤੋਂ ਦੁਹਰਾ ਦਿੱਤਾ ਗਿਆ ਜੀ ਬਿਲਕੁਲ ਜੀ ਬਾਦਸਤੂਰ ਉਥੇ ਤਰ੍ਹਾਂ ਜਾਰੀ ਰਿਹਾ ਹੈ ਜੀ ਕਿਉਂਕਿ ਇੱਕ ਵਾਰ ਇੱਕ ਤੇ ਦੂਜੀ ਦੇ ਲਗਾਤਾਰ ਜਿਵੇਂ ਆਪਣੇ ਪੰਜਾਬ ਦੇ ਵਿੱਚ 10 ਸਾਲ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਰਿਹਾ ਸੀ ਉਸੇ ਤਰ੍ਹਾਂ ਦਾ ਨਹੀਂ ਕੁਝ ਉੱਥੇ ਹੋਇਆ 5 ਸਾਲ 5 ਸਾਲ ਦੀ ਉੱਥੇ ਵਾਰੀ ਖੇਡੀ ਜਾ ਰਹੀ ਹੈ ਇੱਕ ਤਰ੍ਹਾਂ ਦੀ ਤੇ ਦੂਜੇ ਪਾਸੇ ਜੀ ਸੁਖਪਾਲ ਸਿੰਘ ਖਹਿਰਾ ਵੀ ਕਾਫੀ ਵਰਦੇ ਹੋਏ ਨਜ਼ਰ ਆਏ ਨੇ ਖਾਸ ਤੌਰ ਦੇ ਉੱਤੇ ਫੌਜਾ ਸਿੰਘ ਸਰਾਰੀ ਹੋਰਾਂ ਦੇ ਉੱਤੇ ਉਹਨਾਂ ਨੇ ਕੱਲ ਅਸਤੀਫਾ ਦਿੱਤਾ ਸੀ ਆਪਣੇ ਅਹੁਦੇ ਤੋਂ ਤੇ ਉਹਨਾਂ ਦੇ ਉੱਤੇ ਸੁਖਪਾਲ ਸਿੰਘ ਖਹਿਰਾ ਨੇ ਕਾਫੀ ਸਵਾਲ ਖੜੇ ਕੀਤੇ ਨੇ ਉਹਨਾਂ ਦਾ ਕਹਿਣਾ ਹੈ ਕਿ ਜਿਹੜੀ ਮਾਨ ਸਰਕਾਰ ਆ ਉਹਨਾਂ ਨੇ ਲੰਮਾ ਸਮਾਂ ਕਿਉਂ ਇੰਤਜ਼ਾਰ ਕੀਤਾ ਪਹਿਲਾਂ ਜਿਸ ਤਰ੍ਹਾਂ ਦੇ ਨਾਲ ਡਾਕਟਰ ਵਿਜੇ ਸਿੰਘਲਾ ਨੂੰ ਗ੍ਰਿਫਤਾਰ ਵੀ ਕੀਤਾ ਸੀ ਅਹੁਦੇ ਤੋਂ ਵੀ ਲਾਤਦਾ ਸੀ ਤਾਂ ਇਹਦੇ ਉੱਤੇ ਵੀ ਕਾਰਵਾਈ ਹੋ ਜਾਣੀ ਚਾਹੀਦੀ ਸੀ ਕਹਿੰਦੇ ਪਤਾ ਨਹੀਂ ਕੀ ਕਾਰਨ ਆ ਸ਼ਾਇਦ ਕੋਈ ਟਿਕਟ ਨੂੰ ਲੈ ਕੇ ਕਹਿੰਦੇ ਕੋਈ ਲੈਣ ਦੇਣ ਹੋਇਆ ਹੋਵੇ ਜੋ ਉਹਨਾਂ ਦੇ ਜ਼ੁਬਾਨੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਪਰ ਲਗਾਤਾਰ ਵਿਰੋਧੀ ਫੌਜਾ ਸਿੰਘ ਸਰਾਰੀ ਨੂੰ ਕੱਲ ਤੋਂ ਹੀ ਘੇਰ ਰਹੇ ਨੇ ਜਿੰਨੇ ਵੀ ਚਾਹੇ ਕਾਂਗਰਸੀ ਨੇ ਚਾਹੇ ਅਕਾਲੀ ਨੇ ਉਹ ਤਾਂ ਗ੍ਰਿਫਤਾਰੀ ਦੀ ਮੰਗ ਵੀ ਕਰਦੇ ਨਜ਼ਰ ਆਏ ਨੇ ਸੋ ਕਾਲਰ ਲਾਈਨ ਤੇ ਨੇ ਹਲੋ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਬ੍ਰਦਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਡੈਂਟੀ ਕਰਨੀਆਂ ਇਹ ਆਪਣੇ ਲਖਵੀਰ ਸਿੰਘ ਸਾਹਿਬ ਜੋ ਮੰਤਰੀ ਬਣਿਆਗੇ ਆਪਣੇ ਸਿੱਧ ਮੰਤਰੀ ਹਾਂਜੀ ਮੈਂ ਉਹਨਾਂ ਨੂੰ ਕਹਿਣਾ ਚਲੋ ਕੋਈ ਨਾ ਨੋਰਮੈਂਟ ਬਣਿਆ ਉਹਨਾਂ ਨੂੰ ਸਜ਼ਾ ਹੋਈ ਦੀ ਜਾਂ ਆਪ ਦੇਖੇ ਲੋਕਾਂ ਮਟਾਏ ਚ ਨਹੀਂ ਤੇ ਨਾਲੋਂ 30000 ਸਰਜਰੀ ਹੋਈ ਵੀ ਉਹਨਾਂ ਦੀ ਮੈਂ ਉਹ ਬੰਦੇ ਨੂੰ ਕਹਿਣਾ ਚਾਹਣਾ ਵੀ ਜੇ ਤਾਈਂ ਕੰਮ ਕਰਨਾ ਤੂੰ ਇਕੱਲਾ ਨਹੀਂ ਕਰ ਸਕਦਾ ਜਿਲੇ ਤੱਕ ਜਿਹੜੇ ਨੰਬਰ ਹਰੇਕ ਸੁੰਮ ਨੂੰ ਪੁੱਛੀ ਵੀ ਤੇਰੇ ਕੋਲ ਕੋਈ ਕੋਣ ਬੰਦਾ ਕਾਦੀ ਸ਼ਿਕਾਇਤ ਲੈ ਕੇ ਆਉਂਦਾ ਸੀ ਇੱਥੇ ਕਿਹੜਾ ਨਸ਼ਾ ਵਿਕਦਾ ਕੀ ਹੁੰਦਾ ਜੈ ਕਿ ਉਹ ਤਾਂ ਉਹਨਾਂ ਨੂੰ ਮੂੰਹ ਤੇ ਛੱਡ ਕੇ ਪੁੱਛ ਤੋ ਤਾਂ ਪ੍ਰੂਫ ਲੈ ਜੀ ਆਪਾਂ ਇੱਥੇ ਕੋਈ ਪ੍ਰੂਫ ਹੈ ਇਹ ਤਾਂ ਜੇ ਸੈਂਟਰ ਤੱਕ ਵੀ ਭਜਾਲ ਪਾ ਸਕਦਾ ਇਹ ਬੰਦਾ ਇਹ ਤੁਹਾਨੂੰ ਦੱਸ ਦਿੰਦਾ ਜਿਹੜਾ ਕੋਈ ਚੱਲ ਜੇਮ ਕੱਟੇ ਆਇਆ ਹੈ ਨਾ ਉਹ ਬੰਦਾ ਇਹ ਜੇ ਤੁਸੀਂ ਕਹੋ ਸਾਫ ਬੰਦਾ ਨਹੀਂ ਜੀ ਕੱਟਦਾ ਸਾਫ ਤੇ ਬਿਲਕੁਲ ਜੀ ਅਗਲੀ ਖਬਰ ਦੇ ਉੱਤੇ ਗੱਲ ਕਰ ਰਹੇ ਸੀ ਕਿ ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਵੀ ਨਿਸ਼ਾਨੇ ਸਾਦੇ ਨੇ ਫੌਜਾ ਸਿੰਘ ਸਰਾਰੀ ਹੋਣਾ ਤੇ ਦੇਖੋ ਗੱਲ ਇਹ ਹੈ ਕਿ ਜਦੋਂ ਬੰਦਾ ਅੜ ਗਿਆ ਹੂੰ ਜਦੋਂ ਬੰਦਾ ਮੰਤਰੀ ਬਣਿਆ ਸੀ ਤਾਂ ਘਰਾਂ ਦੇ ਆਸੇ-ਪਾਸੇ ਕਈ-ਕਈ ਪੁਸ਼ਤਾ ਤੱਕ ਹੂੰ ਦੂਰ ਦਰੇਡੇ ਸਕੇਰੀਆ ਤੱਕ ਗੱਲ ਚਲੀ ਗਈ ਹੋਣੀ ਆ ਕਿ ਆਪਣਾ ਫੌਜਾ ਮੰਤਰੀ ਬਣ ਗਿਆ ਵੀ ਹੂੰ ਗੱਡੀ ਤੇ ਝੰਡੀ ਲੱਗ ਗਈ ਜਿਵੇਂ ਭਗਵੰਤ ਮਾਨ ਕਹਿੰਦੇ ਹੁੰਦੇ ਸੀ ਨਾ ਹੂੰ ਕਿ ਬੰਦੇ ਆ ਕੇ ਨਾ ਹੱਥ ਲਾ ਕੇ ਦੇਖਦੇ ਆ ਮੈਂਬਰ ਪਾਰਲੀਮੈਂਟ ਕਿਹਾ ਜਾ ਹੁੰਦਾ ਹੈ ਹੂੰ ਤੇ ਅਜੇ 1 ਸਾਲ ਵੀ ਪੂਰਾ ਨਹੀਂ ਹੋਇਆ ਕੇ ਪਗਵੰਤ ਸਿੰਘ ਮਾਨ ਸਰਕਾਰ ਦਾ ਦੂਜਾ ਮੰਤਰੀ ਬਾਹਰ ਕੱਢਣਾ ਪੈ ਗਿਆ ਹਾਲ ਤਾਂ ਤਰਕਸ਼ ਦੇ ਵਿੱਚ ਤੀਰ ਪ੍ਰਤਾਪ ਸਿੰਘ ਬਾਜਵਾ ਵੀ ਪਾਈ ਬੈਠੇ ਆ ਕਿ ਆ 10 ਦਿਨ ਸਾਨੂੰ ਯਾਤਰਾ ਲੰਘਾ ਲੈੰਦੋ ਫਿਰ ਦੋ ਹੋਰ ਮੰਤਰੀ ਨੇ ਉਹਨਾਂ ਦਾ ਵੀ ਤੁਹਾਨੂੰ ਜਨਮ ਪੱਤਰੀ ਕੱਢ ਕੇ ਦਿੰਨੇ ਆ ਪਰ ਕਹਿੰਦੇ ਸਾਡੇ ਕੋਲ ਹੈਗਾ ਸਾਰਾ ਕੁਝ ਦੇਖੋ ਉਹ ਕੀ ਦਿੰਦੇ ਨੇ ਕੀ ਨਹੀਂ ਦਿੰਦੇ ਇਹ ਤਾਂ ਸਮਾਂ ਦੱਸੇਗਾ ਪਰ ਅਸੀਂ ਫਿਰ ਬੇਨਤੀ ਕਰਦੇ ਆ ਦੋਨੋਂ ਜਣੇ ਇਸ ਮੰਚ ਤੋਂ ਬੈਠ ਕੇ ਕਿ ਜੇ ਮੌਕਾ ਮਿਲਿਆ ਪਰਮਾਤਮਾ ਦਾ ਸ਼ੁਕਰਾਨਾ ਕਰੋ ਤੇ ਲੋਕ ਸੇਵਾ ਕਰੋ ਕੋਈ ਸਮਾਂ ਹੁੰਦਾ ਸੀ ਜਦੋਂ ਲੋਕ ਰਾਜਨੀਤੀ ਚ ਸੇਵਾ ਕਰਨ ਵਾਸਤੇ ਆਉਂਦੇ ਸੀ ਹੂੰ ਉਹਨਾਂ ਦਿਨਾਂ ਹੱਥਾਂ ਤੇ ਗਿਨੇ ਜਾ ਸਕਦੇ ਆ ਅਸੀਂ ਕਈ ਵਾਰ ਉਦਾਹਰਨ ਤਰਵਿੰਦਰ ਜੀ ਆਪਾਂ ਇੱਥੇ ਬੈਠ ਕੇ ਦਿੰਨੇ ਹੁੰਦੇ ਆ ਗੈਨੀ ਕਰਤਾਰ ਸਿੰਘ ਦੀ ਹੂੰ ਕਿ ਗੈਨੀ ਕਰਤਾਰ ਸਿੰਘ ਮੰਤਰੀ ਸੀਗੇ ਸਰਕਾਰ ਟੁੱਟ ਗਈ ਹੂੰ ਲੋਕ ਨਿਰਮਾਨ ਵਾਲੇ ਘਰੇ ਆਏ ਆਕੇ ਕਹਿਣ ਲੱਗੇ ਵੀ ਮੰਤਰੀ ਜੀ ਸਰਕਾਰ ਤਾਂ ਠੁੱਡੀ ਗਈ ਟੁੱਟ ਹੁਣ ਤੁਹਾਨੂੰ ਕੋਠੀ ਖਾਲੀ ਕਰਨੀ ਪਊਗੀ ਗੈਨੀ ਜੀ ਕਹਿੰਦੇ ਕਾਕਾ 5 ਮਿੰਟ ਰੁਕਿਓ ਜਰਾ ਹੂੰ ਅੰਦਰ ਗਏ ਜਿਹੜਾ ਇੱਕ ਬੈਗ ਸੀ ਉਹਦੇ ਵਿੱਚ ਕੱਪੜੇ ਪਾਏ ਬਾਹਰ ਦੋ ਕਸ਼ੇਰੇ ਚੋਲਾ ਹੂੰ ਪਰਨਾ ਲਟਕਦਾ ਸੀ ਉਹ ਸਾਰਾ ਪਾ ਕੇ ਬੈਗ 'ਚ ਕਹਦੇ ਲਾਓ ਕਾਕਾ ਚਾਬੀ ਕਿਨੇ ਫੜਨੀਆਂ ਫੜੋ ਹੂੰ ਮੇਰਾ ਤਾਂ ਇੰਨੀ ਹੀ ਸਮਾਨ ਸੀ ਬਾਕੀ ਤਾਂ ਥੋੜਾ ਹੀ ਸੀ ਤੇ ਇਹਦੇ ਦੂਜੇ ਪਾਸੇ ਉਹ ਸੱਜਣ ਵੀ ਨੇ ਜਿਨ੍ਹਾਂ ਨੇ ਇਹ ਪਹਿਲੀ ਗੱਲ ਤਾਂ ਛੇਤੀ ਛੇਤੀ ਮੰਤਰੀ ਵਾਲੀ ਕੋਠੀ ਛੱਡੀ ਨਹੀਂ ਹੂੰ ਜਦੋਂ ਛੱਡੀ ਤੇ ਕੋਈ ਭਾਡੇ ਲੈ ਕੇ ਤੁਰ ਗਿਆ ਕੋਈ ਕਰੋਕਰੀ ਲੈ ਕੇ ਤੁਰ ਗਿਆ ਹੂੰ ਕੋਈ ਹੋਰ ਵਸਤ ਲੈ ਕੇ ਤੁਰ ਗਿਆ ਕੋਈ LED ਲੈ ਕੇ ਤੁਰ ਗਿਆ ਕੋਈ ਕੁਛ ਲੈ ਕੇ ਤੁਰ ਗਿਆ ਇਹ ਮਾਮਲਾ ਫਿਰ ਸ਼ਰਮ ਆਉਂਦੀ ਹੈ ਜੇ ਕੋਈ ਬੌਕਰ ਚੋਰੀ ਕਰ ਲੇ ਕਿਸੇ ਦੇ ਵੇੜੇ ਚੋਂ ਜਾਂ ਖੇਤ ਚੋਂ 20379 ਦਾ ਮਾਮਲਾ 2 ਮਿੰਟ ਚ ਦਰਜ ਹੋ ਜਾਂਦਾ ਭਾਰਤੀ ਦੰਡਾਵਲੀ ਧਾਰਾ 379 ਇਹਨਾਂ ਤੇ ਕਿਉਂ ਹੋਇਆ ਕਹਿੰਦੇ ਜੀ ਪੈਸੇ ਭਰਾਲੇ ਤੇ ਜਿਹੜਾ ਬੰਦਾ ਪਿੰਡ ਚ ਬੈਠਾ ਹੈ ਜਾਂ ਕਿਤੇ ਹੋਰ ਬੈਠਾ ਜਿਹਨੇ ਬੌਕਰ ਚੱਕੀ ਹੂੰ 50 ਰੁਪਿਆ ਦੀ ਬੌਕਰ ਹੈ ਫਿਰ ਉਹਦਾ ਪਰਚਾ ਕਿਉਂ ਦਰਜ ਕਰਦੇ ਹੋ 50 ਦੀ ਦਾ 100 ਭਰ ਆਇਆ ਕਰੋ ਜੀ ਇਹਨਾਂ ਲਈ ਕਾਨੂੰਨ ਹੋਰ ਉਹਨਾਂ ਲਈ ਹੋਰ ਜਿਹੜੇ ਆਪਣੇ ਆਪ ਨੂੰ ਉਸੂਲਾਂ ਕਹਿੰਦੇ ਸੀ ਉਹਨਾਂ ਤੇ ਵੀ ਇਹ ਕਾਨੂੰਨ ਲਾਗੂ ਹੋ ਰਿਹਾ ਹੈ ਜੀ ਜੀ ਤੇ ਬਿਲਕੁਲ ਜੀ ਅਗਲੀ ਖਬਰ ਤੋਂ ਤੇ ਗੱਲ ਕਰਦੇ ਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੁਰਾ ਨੇ ਚਾਰਖੰਡ ਦੇ ਮੁੱਖ ਮੰਤਰੀ ਹਿਮੰਤ ਸੁਰੇਨ ਹੁਰਾ ਦੇ ਨਾਲ ਗੱਲਬਾਤ ਵੀ ਕੀਤੀ ਹੈ ਤੇ ਉਹਨਾਂ ਨੂੰ ਇੱਕ ਪੱਤਰ ਵੀ ਲਿਖਿਆ ਉਹਦੇ ਤੇ ਚਰਚਾ ਕਰਾਂਗੇ ਕਾਲਰ ਲਾਈਨ ਤੇ ਨੇ ਹੈਲੋ ਸਤਿ ਸ਼੍ਰੀ ਅਕਾਲ ਤੋਂ ਬੰਦਰ ਜੀ ਸਤਿ ਸ਼੍ਰੀ ਅਕਾਲ ਤੋਂ ਸਾਬ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਹਾਂ ਹਾਂ ਜੀ ਤੁਲੋ ਸਾਹਿਬ ਇਹ ਜਿਹੜਾ ਸੋਜਾ ਸਿੰਘ ਸਰਾਈ ਜਦੋਂ ਠੀਕ ਹੈ ਇਹਨਾਂ ਨੇ ਵੀ ਉਹਨਾਂ ਨੇ ਕਿਹਾ ਮੈਂ ਨਿੱਜੀ ਕਾਰਨਾ ਕਰਕੇ ਪਰ ਹੁਣ ਇਹ ਸਰਕਾਰ ਦੂਜਿਆਂ ਨੂੰ ਚਲੋ ਕਾਰਵਾਈ ਕਰਦੀ ਹੈ ਬਣਦੀ ਹੈ ਜਿੰਨਾ ਤੇ ਕਰਨੀ ਚਾਹੀਦੀ ਹੈ ਪਰ ਇਹਨਾਂ ਦੇ ਤਾਂ ਹੁਣ ਉਹ ਨਾ ਤਾਂ ਇਹਨਾਂ ਨੂੰ ਕੋਈ ਪਾਰਟੀ ਚ ਉਸ ਤਰ੍ਹਾਂ ਦਾ ਹੋਇਆ ਨਾ ਜਿਵੇਂ ਹੁਣ ਪਹਿਲਾਂ ਵਾਲੇ ਸਿੰਘਲਾ ਸੀ ਉਹ ਵੀ ਸਰਕਾਰੀ ਇਹਨਾਂ ਦੀ ਮੀਟਿੰਗ ਅਟੈਂਡ ਕਰਦੇ ਨੇ ਜਿੱਤੇ ਖੁਦ ਮੁੱਖ ਮੰਤਰੀ ਨੇ ਇਲਜ਼ਾਮ ਲਾਇਆ ਵੀ ਮੇਰੇ ਕੋਲ ਸਬੂਤ ਨਹੀਂ ਫਿਰ ਹੁਣ ਉਹ ਜ਼ੀਰੋ ਟੋਲਰੈਂਸ ਨੂੰ ਕੀ ਮੰਨੀਏ ਵੀ ਇਹਦਾ ਕੀ ਹੈਗਾ ਤਾਂ ਕੀ ਨਹੀਂ ਫਿਰ ਇਹਦਾ ਤਾਂ ਮਤਲਬ ਹੈ ਵੀ ਇੱਕ ਤਰਫਾ ਕਾਰਵਾਈਆਂ ਹੋ ਰਹੀਆਂ ਨੇ ਆਪਣੇ ਬੰਦਿਆਂ ਨੂੰ ਛੱਡਿਆ ਜਾ ਰਿਹਾ ਹੈ ਤੇ ਦੂਜੀ ਗੱਲ ਜਿਹੜੀ ਆ ਜੀਰਾ ਸ਼ਰਾਫ ਫੈਕਟਰੀ ਵਾਲੀ ਗੱਲ ਮੈਂ ਨਾ ਕੱਲ ਇਹਨਾਂ ਦਾ ਇੱਕ ਵਿਆਰ ਸੁਣ ਰਿਹਾ ਸੀ ਜਿਹੜੇ ਇਹਨਾਂ ਦੇ ਐਮ ਡੀ ਨੇ ਜਾਂ ਕੋਣ ਨੇ ਉਹ ਉਹ ਕਹਿੰਦੇ ਵੀ ਜਿਹੜੇ ਇਹ ਫਸਲ ਇਹਨਾਂ ਜਦੋਂ ਪਸ਼ੂ ਮਰੇ ਨੇ ਕਹਿੰਦੇ ਜਿਹੜੇ ਉਹ ਸੀ ਪੈਸੇ ਪਾਏ ਸੀ ਉਦੋਂ ਉਹਨਾਂ ਦੇ ਖਾਤਿਆਂ 'ਚ ਜੀ ਉਹ ਕਹਿੰਦੇ ਉਹਨਾਂ ਨੇ ਹਾਂਜੀ ਵੀ ਉਹਨਾਂ ਨੇ ਨਾਈਟ੍ਰੋਜਨ ਜਿਹੜੀ ਯੂਰੀਆ ਉਹ ਵੱਧ ਪਾਤੀ ਉਹਦੇ ਕਰਕੇ ਉਹ ਪਸ਼ੂ ਮਰ ਗਏ ਸੀ ਅਸੀਂ ਤਾਂ ਕਹਿੰਦੇ ਦਾਨ ਕੀਤਾ ਸੀ ਵੀ ਇੱਕ ਵੀ ਉਹਨਾਂ ਦੇ ਸਰਪੰਚ ਨੇ ਕਹਿਤਾ ਹਮਮ ਅਸੀਂ ਵੀ ਖੇਤੀ ਕਰਦੇ ਹਾਂ ਅਸੀਂ ਤਾਂ ਯੂਰੀਆ ਨਾਲ ਪਸ਼ੂ ਮਰਦੇ ਦੇਖੇ ਨਹੀਂ ਉਹ ਛਰੇ ਆਮ ਸਬੂਤ ਉਹਨਾਂ ਦੇ ਖਿਲਾਫ ਨੇ ਪਰ ਸਰਕਾਰ ਬਹੁਤ ਇਹਦਾ ਮੋਦੀ ਸਾਹਿਬ ਵੀ ਅੜੇ ਸੀ ਜੀ ਦੇਖੋ ਤੇ ਇਹ ਇਹ ਤਾਂ ਉਦੋਂ ਵੀ ਹੋ ਹੋ ਕੇ 7 ਮਹੀਨੇ ਹੋ ਗਏ ਉਹਨਾਂ ਨੂੰ ਠੱਪ ਦੇ ਵਿੱਚ ਬੈਠਾ ਨੂੰ ਕੋਈ ਉਹਦਾ ਹੱਲ ਨਹੀਂ ਹੋ ਰਿਹਾ ਜੀ ਬਿਲਕੁਲ ਜੀ ਬਿਲਕੁਲ ਮਿਹਰਬਾਨੀ ਮੁਆਵਜ਼ੇ ਵਾਸਤੇ ਢੱਲੋ ਸਾਹਿਬ ਲੋਕ ਤਰਸਦੇ ਰਹਿੰਦੇ ਨੇ ਤੇ ਜੇ ਇਹ ਨੇ ਸਾਡੇ ਕੌਲਰ ਕਹਿੰਦੇ ਨੇ ਕਿ ਉਹ ਕਹਿੰਦੇ ਜੀ ਅਸੀਂ ਤਾਂ ਵੈਸੇ ਹੀ ਹੈਲਪ ਵਾਸਤੇ ਦਾਨ ਦੇ ਤੌਰ ਤੇ 30000 ਰੁਪਿਆ ਦਿੱਤਾ ਸੀ ਹਾਂ ਦਾਨੀ ਬਹੁਤ ਵੱਡੇ ਨੇ ਉਹ 30000 ਉਹਨੂੰ ਦਿੱਤਾ ਤੇ 20 ਕਰੋੜ ਹੁਣ ਲੈ ਲਿਆ ਸਰਕਾਰ ਤੋਂ ਹੂੰ ਇਹ ਤੋਂ ਵੱਡਾ ਤਾਂ ਨਹੀਂ ਕੋਣ ਹੋਊਗਾ ਹੂੰ ਇਹ ਕਰਦੇ ਕੁਛ ਨੇ ਕਹਿੰਦੇ ਕੁਛ ਨੇ ਅਸਲ ਦੇ ਵਿੱਚ ਇਹ ਬੋਲ ਨਹੀਂ ਸਕਦੇ ਜੇ ਸਰਕਾਰ ਨੇ ਬਾਗਾ ਟੈਟ ਕੀਤੀਆਂ ਹੁੰਦੀਆਂ ਸੋ ਅਸੀਂ ਬੇਨਤੀ ਕਰਾਂਗੇ ਹੂੰ ਕਿ ਅਜਿਹਾ ਕੰਮ ਨਾ ਕਰੋ ਉਹ ਹੈ ਜੋ ਕੰਮ ਕਰੋ ਜਿਹੜਾ ਸਦਾ ਵਾਸਤੇ ਸਾਡੇ ਨਾਲ ਨਿਵੇ ਕਿ ਕੋਈ ਬਹੁਤੀ ਵਧੀਆ ਗੱਲ ਸਾਹਮਣੇ ਨਹੀਂ ਆ ਰਹੀ ਸੋ ਆਪਾਂ ਗੱਲ ਕਰਗੇ ਕਿ ਜਿਹੜਾ ਆਪਾਂ ਜਿਹਦੇ ਤੇ ਗੱਲ ਕਰ ਰਹੇ ਸੀਗੇ ਖੇਰਾ ਸਾਹਿਬ ਵਾਲੇ ਮਾਮਲੇ ਤੇ ਨਹੀਂ ਖੇਰਾ ਸਾਹਿਬ ਵਾਲੀ ਨਿਪਟ ਗਈ ਸੀ ਆਪਾਂ சுரேਨ ਸਾਹਿਬ ਨੂੰ ਚਿੱਠੀ ਲਿਖੀ ਜਿਹੜੀ ਹਾਂ ਉਹ ਜਿਹੜਾ ਮਾਮਲਾ ਹੈਗਾ ਉਹਦੇ ਵਿੱਚ ਉਹਨਾਂ ਨੇ ਚਿੱਠੀ ਲਿਖੀ ਹੈ ਤੁਹਾਨੂੰ ਯਾਦ ਆ ਪਿਛਲੇ ਦਿਨਾਂ ਦੇ ਵਿੱਚ ਜਦੋਂ ਰੋਪੜ ਦੇ ਵਿੱਚ ਕੋਲਾ ਆਇਆ ਸੀ ਤਾਂ ਜਿਹੜੀ ਪਹਿਲੀ ਖੇਪ ਆਈ ਸੀ ਉੱਥੋਂ ਹਾਲਾਂਕਿ ਪਹਿਲੀ ਖੇਪ ਤਾਂ ਲਹਿਰੇ ਮੱਪਤਾ ਗਈ ਸੀਗੀ ਪਰ ਫਿਰ ਵੀ ਰੋਪੜ ਦੇ ਵਿੱਚ ਪਹਿਲੀ ਸੀ ਉੱਥੇ ਭਗਵੰਤ ਮਾਨ ਸਾਹਿਬ ਆਪ ਖੁਦ ਗਏ ਸੀ ਉਹਨੂੰ ਰিসিਵ ਕਰਨ ਵਾਸਤੇ ਉਹ ਕਹਿੰਦੇ ਹਨ ਕਿਹਾ ਕਿ ਤੁਸੀਂ ਆਪ ਦਾ ਰਸੂਖ ਵਰਤ ਕੇ ਉੱਥੇ ਨਾ ਕੋਈ ਪ੍ਰੋਬਲਮ ਆ ਗਈ ਹੈ ਜੀ ਉੱਥੇ ਜੇ 21 ਦਿਨਾਂ ਤੋਂ ਮਾਈਂਡ ਦੇ ਡਿਵੈਲਪਰ ਅਤੇ ਆਪਰੇਟਰ ਐਮਡੀਓ ਦਲੀਪ ਬੈਲ ਦੁਕਾਨ ਲਿਮਟਿਡ ਡੀਬੀਐਲ ਅਤੇ ਪਾਕੜ ਦੇ ਪਛਵਾੜਾ ਸੈਂਟਰਲ ਕੋਲ ਬਲਾਕ ਸਥਾਨਕ ਵੈਂਡਰਾਂ ਵਿਚਕਾਰ ਵਿਵਾਦ ਰੁਕਮ ਦਾ ਨਾਲ ਹੀ ਰਿਹਾ ਜੋ ਜਿਹੜੇ ਉਥੇ ਲੋਕਲ ਠੇਕੇਦਾਰ ਨੇ ਨਾ ਉਹਨਾਂ ਦੀ ਆਪਸ ਵਿੱਚ ਦੀ ਕਾਫੀ ਪ੍ਰੋਬਲਮ ਚੱਲ ਰਹੀ ਹੈ ਉਹ ਕਹਿੰਦੇ ਕਿ ਕੰਪਨੀ ਦੇ ਅਧਿਕਾਰੀਆਂ ਨੂੰ ਜ਼ਿਲ੍ਹੇ ਦੇ ਡਿਫਾਲਟਰਾਂ ਤੇ ਵੱਡੇ ਵੈਂਡਰਾਂ ਨੂੰ ਚਾਰ ਬਾਾਰ ਮਿਲ ਚੁੱਕੇ ਆ ਪਰ ਕੋਈ ਗੱਲਬਾਤ ਹੱਲ ਨਹੀਂ ਨਿਕਲਦਾ ਤੁਰੰਤ ਬਕਾਇਆ ਦਾ ਭੁਗਤਾਨ ਕਰਨ ਅਤੇ ਸਿੰਗਲ ਵੈਂਡਰ ਪ੍ਰਣਾਲੀ ਦੀ ਨੀਤੀ ਤੇ ਆਪਣੀ ਜਿੱਦ ਤੇ ਕਾਇਮ ਨੇ ਉਹ ਕਹਿੰਦੇ ਕਿ ਦਰਅਸਲ ਪਛਵਾੜਾ ਸੈਂਟਰਲ ਕੋਲਾ ਬਲਾਕ 21 ਦਿਨਾਂ ਤੋਂ ਪੂਰੀ ਤਰ੍ਹਾਂ ਠੱਪ ਹੈ 300 ਕਰੋੜ ਰੁਪਏ ਦਾ ਕੋਲਾ ਸੜ ਰਿਹਾ ਹੈ ਜਿਹਦੇ ਵਿੱਚ 50 ਲੱਖ ਰੁਪਏ ਦਾ ਰੋਜ਼ਾਨਾ ਜਿਹੜਾ ਸੁਰੇਂਦਰ ਸਾਹਿਬ ਤੁਹਾਡੇ ਝਾਰਖੰਡ ਦੇ ਸਰਕਾਰ ਨੂੰ ਵੀ ਉਹਦਾ ਨੁਕਸਾਨ ਹੋ ਰਿਹਾ ਹੈਗਾ ਡੀਬੀਐਲ ਕੰਪਨੀ ਜੈ ਮਾ ਤਾਰਾ ਇੰਟਰਪ੍ਰਾਈਜ਼ ਨੂੰ ਵਰਕ ਆਰਡਰ ਸੌਪਿਆ ਇਸ ਕਰਕੇ ਵੈਂਡਰਾਂ ਵਿੱਚ ਭਾਰੀ ਵਿਰੋਧ ਹੈ ਟੋਟ ਵਹੀ ਦਾ ਕੰਮ 2 ਦਸੰਬਰ ਨੂੰ ਟਰਾਂਸਪੋਰਟਰਾਂ ਵੱਲੋਂ 8 ਸਾਲ ਪਹਿਲਾਂ ਦਾ ਬਕਾਇਆ ਦੇਣ ਦੇ ਲਿਖਤੀ ਵਾਅਦੇ ਤੋਂ ਬਾਅਦ ਸੁਚਾਰੀ ਢੰਗ ਨਾਲ ਸ਼ੁਰੂ ਹੋ ਗਿਆ ਸੀ ਪਰ ਇਹ ਥੋੜਾ ਜਿਹੀ ਚੱਲਿਆ 18 ਦਿਨਾਂ ਤੱਕ ਕਰੀਬ 40000 ਟਨ ਕੋਲੇ ਦੀ ਢੋਈ ਕੀਤੀ ਗਈ ਕੋਲੇ ਦੇ 9 ਰੈਕ ਪੰਜਾਬ ਪੁੱਜ ਗਏ ਸੀ 21 ਦਿਨਾਂ ਵਿੱਚ ਡੀਬੀਐਲ ਨੇ ਕਿਹਾ ਕਿ ਜੇ ਮਾਂ ਤਾਰਾ ਇੰਟਰਪ੍ਰਾਈਜ਼ ਧਰਵਾਦ ਨੂੰ ਦਿੱਤਾ ਜਾਵੇਗਾ ਇਹ ਸਾਰਾ ਜਿਹੜਾ ਕੰਮ ਹੈਗਾ ਇਹਦੇ ਤੇ ਜਿਹੜੇ ਦੂਜੇ ਵੈਂਡਰ ਨੇ ਉਹ ਗੁੱਸੇ 'ਚ ਆ ਗਏ ਤੇ ਉਹਨਾਂ ਨੇ ਕੋਲੇ ਦੀ ਖਦਾਈ ਦਾ ਦਰਵਾਜ਼ਾ ਬੰਦ ਕਰ ਦਿੱਤਾ। ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਸਰਕਾਰੀ ਦਫ਼ਤਰ ਬੰਦ ਹੋਣ ਦੇ ਬਾਵਜੂਦ ਬਿਜਲੀ ਦੀ ਮੰਗ ਹੈ ਜਿਹੜੀ ਸਾਡੇ ਇੱਥੇ 8690 ਪਾਵ 8700 ਮੀਗਾਵਾਟ ਤੱਕ ਪਹੁੰਚ ਗਈ ਹੈ। ਹਾਲਾਂਕਿ ਕੱਲ ਦਫ਼ਤਰ ਬੰਦ ਸੀ। ਇਹਦੇ ਦੌਰਾਨ ਵੀ ਜਿਹੜੀ 8690 ਪਹੁੰਚ ਗਈ ਜਦਕਿ ਪਿਛਲੇ ਸਾਲ ਇਸੇ ਦਿਨ ਦੇ ਵਿੱਚ 6175 ਮੀਗਾਵਾਟ ਸੀ। 2500 ਮੈਗਾਵਾਟ ਬਹੁਤ ਜਾਣੀ ਇਹ ਬਹੁਤ ਵੱਡੀ ਗੱਲ ਹੈ ਕਿ ਇਹਦਾ ਮਤਲਬ ਜਿਹੜੀ ਮੁਕਤਖੋਰੀ ਦਿੱਤੀ ਹੈ ਕਿ ਮਚਾਈ ਚੱਲੋ ਤੇ ਮਨਮਰਜ਼ੀ ਦੀਆਂ ਜੁਨਟਾਂ ਮੀਟਰ ਰੀਡਰਾਂ ਦੇ ਨਾਲ ਕਥਤ ਰੂਪ ਦੇ ਵਿੱਚ ਪਿੱਛੇ ਕਰਾਈ ਚੱਲੋ ਸਾਰੇ ਮੀਟਰ ਰੀਡਰ ਇਸ ਤਰ੍ਹਾਂ ਦਾ ਕੰਮ ਨਹੀਂ ਕਰਦੇ ਇਮਾਨਦਾਰ ਵੀ ਬਹੁਤ ਨੇ ਪਰ ਜਿਹੜੇ ਪੰਜ ਸੱਤ ਲਿਬੜੀਆਂ ਮੱਝਾਂ ਹੁੰਦੀਆਂ ਨੇ ਉਹ ਸਾਰਾ ਬੱਗ ਲਵੇੜ ਛੜਦੀਆਂ ਨੇ ਜੀ ਜੀ ਬਿਲਕੁਲ ਜੀ ਅਗਲੀ ਖਬਰ ਤੋਂ ਵੀ ਚਰਚਾ ਕਰਾਂਗੇ ਅਗਲੀ ਬੜੀ ਹੈ ਬਰਜਦੀ ਹੈ ਕਿ ਅਕਸਰ ਅਸੀਂ ਦੇਖਦੇ ਹਾਂ ਕਿ ਨੌਕਰੀਆਂ ਪੰਜਾਬ ਦੇ ਵਿੱਚ ਦਿੱਤੀਆਂ ਜਾਂਦੀਆਂ ਨੇ ਪਰ ਉਹਨਾਂ ਦੇ ਉੱਤੇ ਉਹ ਕੈਂਡੀਡੇਟ ਉਮੀਦਵਾਰ ਵੀ ਕਾਬਜ਼ ਹੋ ਜਾਂਦੇ ਨੇ ਜਿਹੜੇ ਪੰਜਾਬ ਤੋਂ ਬਾਹਰ ਦੇ ਨੇ ਹਾਲਾਂਕਿ ਹੋਰ ਨਾਲ ਸਟੇਟਾਂ ਦੇ ਵਿੱਚ ਅਜਿਹਾ ਨਹੀਂ ਹੈਗਾ ਕਈ ਸਟੇਟਾਂ ਦੇ ਵਿੱਚ ਖਾਸ ਤੌਰ ਤੇ ਤੇ ਹਿਮਾਚਲ ਦੇ ਵਿੱਚ ਤੁਸੀਂ ਨੌਕਰੀ ਕਰਨੀ ਹੈ ਤਾਂ ਬਹੁਤ ਮੁਸ਼ਕਲ ਕੰਮ ਆ ਜ਼ਮੀਨ ਲੈਣੀ ਬੜੀ ਮੁਸ਼ਕਲ ਕੰਮ ਆ ਨਾਂ ਵੀ ਨਹੀਂ ਹੋ ਸਕਦੀ ਬਾਹਰਲੇ ਬੰਦੇ ਦੇ ਪਰ ਪੰਜਾਬ ਵਾਲਿਆਂ ਨੇ ਪਤਨੀ ਕਿਉਂ ਇੰਨੀ ਇੱਕ ਦਰਿਆਦਿਲੀ ਦਿਖਾਈ ਹੋਈ ਹੈ ਕਿ ਪੰਜਾਬ ਦੀਆਂ ਸਰਕਾਰੀ ਨੌਕਰੀਆਂ ਦੇ ਉੱਤੇ ਹਰਿਆਣਾ ਵਾਲੇ ਕਾਬਜ਼ ਹੋ ਰਹੇ ਨੇ ਜੀ ਹਰਿਆਣਾ ਨਹੀਂ ਹੂੰ ਰਾਜਸਥਾਨ ਵੀ ਜੀ ਜ਼ਿੰਮੇਵਾਰ ਸਾਰੇ ਦੇ ਸਾਰੇ ਨੇ ਹੂੰ ਅੱਜ ਜੇ ਭਗਵੰਤ ਸਿੰਘ ਮਾਨ ਸਾਹਿਬ ਤੁਹਾਡੀ ਸਰਕਾਰ ਦੇ ਵਿੱਚ ਇਹ ਕਾਬਜ਼ ਹੋ ਰਹੇ ਨੇ ਹੂੰ ਇਸ ਤੋਂ ਪਹਿਲਾਂ ਕਈ ਇਹਨਾਂ ਦੇ ਜਿਹੜੇ ਪੁਲਿਸ ਦੇ ਕਰਮਚਾਰੀ ਨੇ ਭਾਵੇਂ ਕੈਪਟਨ ਅਵਰਿੰਦਰ ਸਿੰਘ ਹੋਣ ਜਾਂ ਸੁਖਵੀਰ ਸੁਬਾਦਲ ਹੋਵੇ ਉਹਨਾਂ ਦੇ ਵਿੱਚ ਵੀ ਗੌਂਡੀ ਰਾਜਾ ਦੇ ਨੌਜਵਾਨ ਤਾਇਨਾਤ ਨੇ ਹੂੰ ਦੂਜੇ ਵੱਲ ਉਂਗਲ ਕਰਦੇ ਨੇ ਜਿਹੜੇ ਤਿੰਨ ਉਂਗਲਾਂ ਆਪ ਦੇ ਵੱਲਾਂ ਨੇ ਉਹਦੇ ਪਲੇ ਪਾਸੇ ਇਹਨਾਂ ਦਾ ਕੋਈ ਜਵਾਬ ਨਹੀਂ ਹਾਂ ਤਾਜ਼ਾ ਸਥਿਤੀ ਦਿੱਤੀ ਆ ਜੀ 2 ਨਵੰਬਰ ਨੂੰ 3791 ਉਮੀਦਵਾਰਾਂ ਨੂੰ ਬਿਜਲੀ ਨਿਗਮ ਦੇ ਵਿੱਚ ਖਾਸ ਕਰ ਜਿਹੜੇ ਲਾਈਨਮੈਨ ਐ ਹਾਂ ਇਹਦੇ ਵਿੱਚ ਇੱਕ ਪ੍ਰੀਖਿਆ ਲਈ ਸੀ 3762 ਪਾਸ ਹੋਏ ਇਹਨਾਂ ਦੇ ਵਿੱਚੋਂ ਹਰਿਆਣਾ ਦੇ 535 ਹਾਂ ਰਾਜਸਥਾਨ ਦੇ 94 ਇਹ ਉਮੀਦਵਾਰ ਆਗੇ ਇਸੇ ਤਰ੍ਹਾਂ ਸੀਆਰਏ ਦੇ ਵਿੱਚ 293 94 19 ਜੇਈ 500 109 ਯੂਪੀ ਬਿਹਾਰ ਹਰਿਆਣਾ ਚੰਡੀਗੜ੍ਹ ਦੇ ਆਗੇ ਹਮ ਔਰ ਜਿਹੜੀ ਅਸਲ ਬਿਮਾਰੀ ਦੀ ਜੜਾ ਤਰਵੰਦਰ ਜੀ ਭਾਜਾ ਭਾਗ ਵੱਲੋਂ ਇੱਕ ਪ੍ਰਬੋਧ ਪ੍ਰੀਖਿਆ ਲਈ ਜਾਂਦੀ ਹੈ। ਹੂੰ। ਇਹ ਕਿਸੇ 100 ਨੰਬਰ ਦੀ ਕਹਿੰਦੇ ਐ। ਜੀ। ਇਹ ਕਿਸੇ ਵੇਲੇ 20-25 ਨੰਬਰ ਹੁੰਦੇ ਸੀ អਬਜੈਕਟਿਵ, ਬਾਕੀ ਐਸੇ ਟਾਈਪ ਹੁੰਦਾ ਸੀ। ਹੂੰ। ਅੱਜ ਕਹਿੰਦੇ ਉਲਟਾ 60 ਦੇ ਲਗਭਗ អਬਜੈਕਟਿਵ ਹੈ। ਉਹ ਤਾਂ ਤੁਸੀਂ ਜਿਹੜੇ ਅੰਦਰ ਡਿਊਟੀਆਂ ਕਰਦੇ ਆ ਉਹੀ ਤੁਹਾਨੂੰ ਦੱਸ ਦਿੰਦੇ ਨੇ ਪਹਿਲੇ ਦਾ ਊੜਾ, ਦੂਜੇ ਦਾ ਤੀੜੀ, ਤੀਜੇ ਦਾ ਸੱਸਾ। ਇਹ ਆਪਣੇ ਜੋੜਾ 'ਚ ਆਪ ਦਿੰਦੇ ਐ। ਪੰਜਾਬੀ ਲਗਾਤਾਰ ਬਾਹਰ ਨੂੰ ਭੱਜ ਰਹੇ ਨੇ। ਜੇ ਆਸਾਮੀਆਂ ਦੇ ਉੱਤੇ ਪੰਜਾਬੀ ਕਾਬਜ ਹੋਣ ਤਾਂ ਕਿਤੇ ਚੰਗੀ ਗੱਲ ਨਾ ਹੋਵੇ ਪਰ ਇੱਕ ਗੱਲ ਹੋਰ ਹੈ ਹੂੰ ਜਿਹੜਾ ਕਮ ਸੱਭਿਆਚਾਰ ਹੈ ਸਾਡੇ ਪੰਜਾਬੀ ਲਾਣੇ ਨੇ ਕਮ ਸੱਭਿਆਚਾਰ ਕਰਨਾ ਛੱਡਤਾ ਹੂੰ ਚਿੱਟ ਕੱਪੜੀਏ ਬਣ ਗਏ ਨੇ ਬਾਹਰਲੇ ਉਮੀਦਵਾਰ ਬਹੁਤ ਵੱਡੀ ਪੱਦਰ ਦੇ ਉੱਤੇ ਬਹੁਤ ਵੱਡੀ ਪੱਦਰ ਤੇ ਹੂੰ ਕੰਮ ਕਰਦੇ ਨੇ ਜੀਹ ਜਹਾਨ ਨਾਲ ਕੰਮ ਕਰਦੇ ਆ ਕੰਮ ਜ਼ਿਆਦਾ ਕਰਦੇ ਆ ਸਾਡੇ ਨੌਜਵਾਨਾਂ ਨੂੰ ਕਾਨੂੰਨ ਸਭਿਆਚਾਰ ਅਪਣਾਉਣਾ ਪਵੇਗਾ ਨਹੀਂ ਤਾਂ ਫਿਰ ਜੋ ਕੁਝ ਵਾਪਰ ਰਿਹਾ ਹੈ ਇਹ ਕੱਲੀਆਂ ਮੁੱਛਾਂ ਖੜੀਆਂ ਕਰਨ ਯੋਗੇ ਰਹਿ ਜਾਣਗੇ ਬਾਕੀ ਕੰਮਾਂ ਦੇ ਉੱਤੇ ਦੂਜੇ ਰਾਜਾਂ ਦੇ ਲੋਕ ਕਾਬਜ਼ ਹੋ ਜਾਣਗੇ ਸਰਕਾਰਾਂ ਨੂੰ ਇਹਦਾ ਬਦਲਵਾ ਪ੍ਰਬੰਧ ਕਰਨਾ ਚਾਹੀਦਾ ਕੀਤਾ ਨਹੀਂ ਜਾ ਰਿਹਾ ਇਹ ਬਹੁਤ ਜ਼ਿਆਦਾ ਹੈਗਾ ਅੱਜ ਸਭ ਤੋਂ ਵੱਡੀ ਗੱਲ ਜੀ ਜਿਹੜਾ ਪੰਜਾਬ ਅਦਵਾਸੀ ਤੇ ਪੰਜਾਬ ਮੂਲ ਵਸਿੰਦੇ ਡੋਮਿਸਲ ਤੇ ਜਿਹੜਾ ਹੈਗਾ ਬੋਨਫਾਈਡ ਹੂੰ ਇਹ ਜਿਹੜਾ ਮਾਮਲਾ ਹੈਗਾ ਇਹਦੇ ਵਿੱਚ ਸਰਕਾਰ ਬਹੁਤ ਅਬਿਸਲੇਪੰਤੇ ਉਤਰੀ ਹੋਈ ਹੈ ਜੇ ਸਰਕਾਰ ਦਾ ਅਬਿਸਲਾਪਨ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਬਾਰੀ ਰਾਜਾਂ ਦੇ ਲੋਕ ਇੱਥੇ ਆ ਕਾਬਜ ਹੋਈ ਜਾਣਗੇ ਤੇ ਜਿਹੜੇ ਆ ਹੈਗੇ ਨੇ ਇਹ ਤਾਂ ਫਿਰ ਸਿਰਫ ਸੜਕਾਂ ਤੇ ਬਹਿ ਕੇ ਵਿਹਲੇ ਜਾਂ ਘਰਾਂ ਦੇ ਗੇਟਾਂ ਤੇ ਬਹਿ ਕੇ ਪੰਜਾਬੀ ਸ਼ੁਨਛਨੇ ਵਜਾਇਆ ਕਰਨਗੇ ਬਿਲਕੁਲ ਜੀ ਸੰਦੀਪ ਸਿੰਘ ਨੇ ਖੇਡ ਮੰਤਰੀ ਹਰਿਆਣਾ ਦੇ ਉਹਨਾਂ ਦੇ ਕੇਸ ਦੇ ਵਿੱਚ ਆਈਪੀਸੀ ਦੀ ਧਾਰਾ 509 ਵੀ ਜੋੜ ਦਿੱਤੀ ਗਈ ਹੈ ਉਹ ਵੀ ਤੁਹਾਨੂੰ ਦੱਸਾਂਗੇ ਕਿ ਕੀ ਕਾਰਨ ਰਹੇ ਨੇ ਤੇ ਇਸੇ ਦੇ ਚਲਦਿਆਂ ਅਗਲੀ ਖਬਰ ਦੇ ਉਤੇ ਚਰਚਾ ਕਰਦੇ ਹਾਂ ਅਕਸਰ ਅਸੀਂ ਨਸ਼ੇ ਨੂੰ ਲੈ ਕੇ ਅਸੀਂ ਵੀ ਚਿੰਤਾ ਜ਼ਾਹਰ ਕਰਦੇ ਹਾਂ ਕਿ ਸਾਡਾ ਪੰਜਾਬ ਆ ਸਾਡੀ ਨੌਜਵਾਨੀ ਆ ਨਸ਼ੇ ਦੀ ਦਲਦਲ ਦੇ ਵਿੱਚ ਪੂਰੀ ਤਰ੍ਹਾਂ ਤਸ ਚੁੱਕੀ ਹੈ ਪਰ ਹੁਣ ਇੱਕ ਅਜੀਹਾ ਮਾਮਲਾ ਸਾਹਮਣੇ ਆ ਗਿਆ ਜਿਸ ਨੇ ਇੱਕ ਵਰਦੀ ਨੂੰ ਦਾਗਦਾਰ ਕਰ ਦਿੱਤਾ ਉਹ ਇਹ ਹੈ ਕਿ 1.5 ਅਰਬ ਦੀ ਹਰਨ ਸਣੇ ਇੱਕ ਫੌਜ ਦੇ ਜਵਾਨ ਅਤੇ ਉਸ ਦੇ ਸਾਥੀ ਨੂੰ ਕਾਬੂ ਕੀਤਾ ਗਿਆ ਹੈ ਵੱਡੇ ਸਵਾਲ ਖੜੇ ਹੋ ਗਏ ਨੇ ਫੌਜ ਦੇ ਇਸ ਜਵਾਨ ਦੇ ਉੱਤੇ ਕਿ ਕਿਨਾਂ ਹਾਲਾਤਾਂ ਦੇ ਵਿੱਚ ਉਹ ਅਜਿਹੀ ਤਸਕਰੀ ਕਰਦਾ ਸੀ ਜਾਂ ਕੀ ਕਰਦਾ ਸੀ ਜਾਂ ਉਹਦੇ ਕੋਲ ਕਿਵੇਂ ਆਈ ਕਾਲਰ ਲਾਈਨ ਤੇ ਨੇ ਹੈਲੋ ਹੈਲੋ ਪਾਜੀ ਸੱਟੇ ਟੇ ਲੋਸ ਆਫ ਸਬਸਕਰਾਈਬਰ ਦੀਪਕ ਪੱਲਾ ਬੋਲਦਾ ਜੀ ਜੀ ਬੱਲਾ ਸਬਸਕ੍ਰਾਈਬਰ ਹਾਂ ਜੀ ਇਹ ਮੁਫਤ ਖੋਰੀਆ ਕੰਨੀ ਜੇ ਜਾਣਗੇ ਤਾਂ ਦੇਖੋ ਜੀ ਸਿਰੇ ਲੰਕਾ ਵਾਲਾ ਹਾਲ ਹੋ ਜਾਏਗਾ ਜੀ ਆਪਣਾ ਪੰਜਾਬ ਦਾ ਜੀ ਤੇ ਦੇਖੋ ਜੀ ਦੇਖੋ ਇਹ ਕਦ ਹੈ ਕੱਲ ਬਿਜਲੀ ਦੇ ਘੱਟੋ ਘੱਟ 7-8 ਘੰਟੇ ਬਾਜ਼ਾਰਾਂ ਦੇ ਵਿੱਚ ਬਿਜਲੀ ਜਾ ਰੱਖੀ ਸੀ ਜੀ ਕਿਉਂਕਿ ਜੇ ਕੋਲਾ ਨਹੀਂ ਆਏਗਾ ਤੇ ਬਿਜਲੀ ਤੜੀ ਆਏਗੀ ਲੇਬਰ ਨੂੰ ਪੈਸੇ ਦੇਣ ਜੋਗੇ ਪੈਸੇ ਨਹੀਂ ਹੈ ਨਮੀਆਂ ਭਰਤੀਆਂ ਕਰੀ ਜਾ ਰਹੇ ਹੈ ਜਦ ਤੱਕ ਆਪਣੇ ਪੰਜਾਬ ਕਰਨੀ ਤਾਂ ਇਹ ਸੋਚ ਹੀ ਨਹੀਂ ਰਹੀ ਵੀ ਕੀ ਹੋ ਰਿਹਾ ਹੈ ਬਾਹਰਲੇ ਰਾਜਿਆਂ ਨੂੰ ਫਰਕ ਬੰਦਾ ਬਾਹਰ ਲਈ ਆ ਰਿਹਾ ਜੀ ਇਹਨਾਂ ਤੋਂ ਪੰਜਾਬੀ ਦਾ ਪੇਪਰ ਲੈ ਕੇ ਦੇਖ ਲੋ ਇਹਨਾਂ ਨੂੰ ਇੱਲ ਦੇ ਕੁੱਕੜ ਨਹੀਂ ਆ ਸਕਦਾ ਜੀ ਜੀ ਮਿਹਰਬਾਨੀ ਜੀ ਜੀ ਮਿਹਰਬਾਨੀ ਪਹਿਲਾਂ ਸਭ ਮਿਹਰਬਾਨੀ ਇਹਦੇ ਉੱਤੇ ਅ ਜੇ ਲੋਸ ਆਬਰੇ ਆਪਣਾ ਪ੍ਰਤੀਕਰਮ ਦੇ ਦਿੱਤਾ ਹੈ ਜੀ ਜਿਹੜੇ ਬਾਹਰਲੇ ਇੱਥੇ ਨੌਕਰੀਆਂ ਕਰ ਰਹੇ ਨੇ ਤੇ ਬਿਜਲੀ ਦੀ ਖਪਤ ਵਧ ਰਹੀ ਹੈ ਜਿੱਥੇ 300 ਯੂਨਟ ਪਰ ਮਹੀਨੇ ਦੇ ਹਿਸਾਬ ਨਾਲ ਪ੍ਰਤੀ ਮਹੀਨਾ ਫ੍ਰੀ ਕੀਤੀ ਗਈ ਹੈ ਤਾਂ ਉਹਦੇ ਨਾਲੇ ਹੋ ਗਿਆ ਕਿ ਲੋਕਾਂ ਨੇ ਜਿਹੜਾ ਇੱਕ ਏਸੀ ਲਾਉਂਦਾ ਸੀ ਉਹਨੇ ਦੋ ਦੋ ਏਸੀ ਲਾ ਲਏ ਦੋ ਦੋ ਮੀਟਰਾਂ ਦੇ ਕਨੈਕਸ਼ਨ ਲੈ ਲਏ ਤਿੰਨ ਤਿੰਨ ਮੀਟਰਾਂ ਵਾਸਤੇ ਅਪਲਾਈ ਕਰਤਾ ਤੇ ਇੱਥੋਂ ਤੱਕ ਕਿ ਹੁਣ ਸਰਦੀ ਦਾ ਮੌਸਮ ਹੈ ਤਾਂ ਇੱਕ ਰੂਮ ਹੀਟਰ ਦੀ ਥਾਂ ਦੇ ਉੱਤੇ ਹਰ ਕਮਰੇ 'ਚ ਰੂਮ ਹੀਟਰ ਚੱਲ ਰਹੇ ਨੇ ਅ ਤੁਸੀਂ ਕਿਤੇ ਜਾ ਕੇ ਦੇਖੋ ਕਿਸੇ ਇਲੈਕਟ੍ਰੋਨਿਕਸ ਦੀ ਦੁਕਾਨ ਦੇ ਬਾਹਰ ਤੁਹਾਨੂੰ ਪਤਾ ਲੱਗ ਜੇਗਾ ਕਿ ਕਿੰਨੀ ਇੱਕ ਕੰਜ਼ਮਪਸ਼ਨ ਨਾ ਕਿੰਨੇ ਇੱਕ ਢੇਰਾਂ ਦੇ ਢੇਰ ਇਲੈਕਟ੍ਰਿਕ ਚੁੱਲ੍ਹੇ ਹੋਗੇ ਇਲੈਕਟ੍ਰਿਕ ਹੀਟਰ ਹੋਗੇ ਲੋਕ ਧੜਾ ਧੜ ਲੈ ਰਹੇ ਨੇ ਕਿਉਂਕਿ ਬਿਜਲੀ ਮੁਫਤ ਹੋ ਚੁੱਕੀ ਆ ਪੰਜਾਬ ਦੇ ਵਿੱਚ ਦੇਖੋ ਜਿਹੜਾ ਬਿਨਾ ਸੋਚੇ ਸਮਝੇ ਜਦੋਂ ਤੁਸੀਂ ਕੰਮ ਕਰੋਗੇ ਤਾਂ ਇਹੋ ਜਿਹਾ ਕੁਸ਼ੀ ਹੁੰਦਾ ਹੁੰਦਾ ਹਮ ਬਿਨਾ ਸੋਚੇ ਸਮਝੇ ਘਰ ਚਲਾਉਂਗੇ ਬਿਨਾ ਸੋਚੇ ਸਮਝੇ ਪਿੰਡ ਚਲਾਉਂਗੇ ਜ਼ਿਲ੍ਹਾ ਚਲਾਉਂਗੇ ਸੂਬਾ ਚਲਾਉਂਗੇ ਦੇਸ਼ ਚਲਾਉਂਗੇ ਇਹ ਸਾਰਾ ਕੁਝ ਵਾਪਰਨਾ ਸੁਭਾਅਕ ਹੁੰਦਾ ਹੈ। ਔਰ ਜਿਵੇਂ ਜਿਵੇਂ ਬਿਜਲੀ ਦੇ ਉਪਕਰਨ ਕੀਤੇ ਜਾ ਰਹੇ ਨੇ 2500 ਮੈਗਾਵਾਟ 2500 ਇੱਕ ਪਾਸੇ ਧੁੰਦ ਭਰਿਆ ਮੌਸਮ ਹੈ। ਮੌਸਮ ਵਿਭਾਗ ਤੇ ਬਹੁਤ ਸਾਰੇ ਜ਼ਿਲ੍ਹਾ ਪ੍ਰਸ਼ਾਸਨ ਅਧਿਕਾਰੀ ਕਹਿ ਰਹੇ ਨੇ ਕਿ ਗਲੀ ਪ੍ਰਕਾਸ਼ ਜਿਹਨੂੰ ਆਪਾਂ ਸਟਰੀਟ ਲਾਈਟ ਕਹਿੰਦੇ ਆਂ ਸੜਕਾਂ ਤੇ ਲਾਈਟਾਂ ਕਹਿੰਦੀਆਂ ਇਹ ਵਜਾ ਕੇ ਚੱਲੋ ਕਿਤੇ ਇਹ ਨਾ ਹੋਵੇ ਸਾਡਾ ਨੁਕਸਾਨ ਹੋ ਜਾਵੇ ਇੱਕ ਹੋਰ ਬਹੁਤ ਵੱਡੀ ਗੱਲ ਮੈਨੂੰ ਤਰਵਿੰਦਰ ਅੱਜ ਹੀ ਯਾਦ ਆਈ ਹੈ ਜੀ ਆ ਆਪਣਾ ਸਿੰਗਲ ਰਸਤਾ ਨਾ ਪੁਲ ਚੜ੍ਹਦੇ ਹਾਂ ਹਰਬਨ ਸਟੇਟ ਤੋਂ ਇੱਕ ਟਰੱਕ ਪੂਰਾ ਜੀ ਖੜੇ ਨੇ ਉੱਥੇ ਖਰਾਬ ਹੋ ਗਏ ਕਿਤੇ ਰਾਤ ਇਹ ਜ਼ਿਲ੍ਹਾ ਪੱਧਰੀ ਬਲਾਕ ਪੱਧਰੀ ਨੌਜਵਾਨਾਂ ਨੂੰ ਪ੍ਰਾਈਵੇਟ ਤੌਰ ਤੇ ਰਿਕਵਰੀ ਬੈਨ ਲੈ ਦਿਓ ਕਰਜ਼ਾ ਲੈ ਕੇ ਲੈ ਲੈਣ ਤੇ ਜਿਹੜੇ ਇਹ ਵਾਹਨ ਰਸਤੇ 'ਚ ਖੜਦੇ ਆ ਸੜਕਾਂ 'ਤੇ ਖੜਦੇ ਆ ਉਹਨਾਂ ਵਾਹਨਾਂ ਦੇ ਖਰਚੇ ਦੇ ਉੱਤੇ ਉਹਨਾਂ ਤੋਂ ਲਾਹ ਖਰਚਾ ਤੇ ਇਹਨੂੰ ਧੂਕੇ ਦੂਜੇ ਪਾਸੇ ਕਿਸੇ ਖੁੱਲੇ ਥਾਂ 'ਚ ਸੜਕ ਤੋਂ ਥੱਲੇ ਸਿੱਟ ਕੀਤਾ ਜਾਵੇ ਤਾਂ ਜੋ ਕੋਈ ਵਾਹਨ ਵੇਚਣਾ ਵੱਜ ਸਕਣ ਕਈ ਵਾਰ ਤਾਂ ਤੂੜੀ ਵਾਲੇ ਵਾਹਨ ਖੜ ਜਾਂਦੇ ਨੇ ਤੇ ਫਿਰ ਲੋਕ ਵੇਖਦੇ ਰਹਿੰਦੇ ਆ ਕਿ ਯਾਰ ਆਹ ਕੀ ਹੋ ਗਿਆ ਔਰ ਅਸੀਂ ਮਹਿਸੂਸ ਕਰਦੇ ਆਂ ਕਿ ਅੰਡਰ ਲੋਡ ਰੱਖੋ ਇਹ ਵੀ ਤਰਵਿੰਦਰ ਬਹੁਤ ਵੱਡੀਆਂ ਸਮੱਸਿਆਵਾਂ ਨੇ ਜੀ ਜੇ ਸਕੂਲਾਂ ਵਾਲਿਆਂ ਨੂੰ ਪੁੱਛੀਏ ਵੀ ਟੈਂਪੂ ਜਿੱਦੂ 14 ਚਾੜ੍ਹੇ ਵੀ ਹੈ ਉਹ ਕਹਿੰਦਾ ਜੀ ਦਵਾ ਦਿਓ ਪੈਸੇ ਸੱਤ ਦੇ ਹੂੰ ਅਸੀਂ ਤਾਂ ਸੱਤ ਲੈ ਜਾਾਂਗੇ ਮਾਪਿਓ ਪੈਸੇ ਨਹੀਂ ਦਿੰਦੇ ਇਹੀ ਚੀਜ਼ ਓਵਰ ਲੋਡ ਤੇ ਹੈ ਜੇ ਨਿਜਮਤ ਲੋਡ ਦੇ ਵਿੱਚ ਇਹ ਜਿਹੜੀਆਂ ਵੱਟੇ ਬੈਠੇ ਨੇ ਗੜਕਰੀ ਸਾਹਿਬ ਨੇ ਟਰਾਂਸਪੋਰਟਾਂ ਦੇ ਮੰਤਰੀ ਨੇ ਹੋਰ ਨੇ ਇਹਨਾਂ ਨੂੰ ਬਹਿ ਕੇ ਇਹਦੇ ਤੇ ਸੋਚਣਾ ਚਾਹੀਦਾ ਕਿ ਜਿਹੜਾ ਪਹਾੜਾ ਜਿਹੜਾ ਲੋਡ ਤੁਸੀਂ ਨਿਰਧਾਰਤ ਕੀਤਾ ਚਾਰ ਦਿਨ ਆਪ ਦੇ ਕੋਈ ਟੈਂਪੂ ਚਲਾ ਕੇ ਦਿਖਾਓ ਉਹਦੇ ਤੇ ਕਿ ਚੱਲ ਸਕਦਾ ਹੈ ਬੱਚ ਸਕਦਾ ਹੈ ਜਿਹੜੀਆਂ ਅੰਤਰ ਡਿਪਾਰਟਮੈਂਟ ਇਹ ਸਮੱਸਿਆਵਾਂ ਨੇ ਇਹਨਾਂ ਦੇ ਉੱਤੇ ਵਿਚਾਰ ਕਰਨ ਦੀ ਜ਼ਰੂਰਤ ਹੈ ਜਦੋਂ ਤੁਸੀਂ ਪਹਾੜਾ ਤਾਇਆ ਕਰਦੇ ਹੋ ਟਰੱਕ ਯੂਨੀਅਨ ਆ ਟਰਾਂਸਪੋਰਟ ਆ ਟ੍ਰਾਂਸਪੋਰਟ ਮੰਤਰੀ ਸੈਕਟਰੀ ਤੇ ਇਹਨਾਂ ਨੂੰ ਵੀ ਨਾਲ ਮੈਂਬਰ ਦੇ ਤੌਰ ਤੇ ਲਿਆ ਜਾਵੇ ਸਾਰੇ ਜਨੇ ਬੈਠ ਕੇ ਤੈਅ ਕਰੋ ਕਿ ਇਹ ਚੀਜ਼ ਦੇ ਵਿੱਚ ਕੀ ਕਰਨਾ ਹੈ ਅੱਜ ਤੁਸੀਂ ਪਹਿਲਾ ਹਿਮਾਚਲ ਤੁਸੀਂ ਬਾ ਵਾਸਤਾਗੇ ਧਰਬਿੰਦਰ ਜੀ ਟਨਰ ਵੀ ਡੀਜ਼ਲ ਵਧਾਤਾ ਤੇ ਜਿਹੜਾ ਭਾੜਾ ਢੋਣ ਵਾਲੇ ਨੇ ਉਹਨਾਂ ਦਾ ਤਾਂ ਅੱਜ ਹੀ ਅਸਰ ਪੈ ਗਿਆ ਨਾ ਪੈਟਰੋਲ 55 ਪੈਸੇ ਸਸਤਾ ਕਰਤਾ ਜੀ ਹਾਂ ਚਲੋ 55 ਪੈਸੇ ਸਸਤਾ ਕਰਤਾ ਪਰ ਜਿਹੜਾ ਡੀਜ਼ਲ ਆਧਾਰਤ ਵਾਹਨ ਨੇ ਹਾਂ ਟਰਾਂਸਪੋਰਟਰ ਦੇ ਵਿੱਚ ਖਾਸ ਕਰ ਵਰਤੇ ਜਾਂਦੇ ਢੋਆ ਢੋਈ ਦਾ ਕੰਮ ਕਰਦੇ ਆ ਉਹਨਾਂ ਤੇ ਤਾਂ ਪੈ ਗਿਆ ਨਾ ਬੋਝ ਹੂੰ ਸੋ ਤੁਸੀਂ ਗੱਲ ਕੀਤੀ ਸੀ ਬਰਦੀ ਦਾਗ ਦਾ ਦੀ ਹੂੰ ਇਹ ਫਾਜ਼ਲ ਕਾ ਨਾਲ ਸੰਬੰਧਿਤ ਹੈ ਉੱਥੇ ਇੱਕ ਸਾਂਝੇ ਪ੍ਰੈਸ ਕਾਨਫਰੰਸ ਹੈ ਜਿਹਦੇ ਵਿੱਚ ਡੀਆਈਜੀ ਫਿਰੋਜ਼ਪੁਰ ਰੇਂਜਾ ਰਣਜੀਤ ਸਿੰਘ ਢਿੱਲੋਂ ਹੂੰ ਐਸਐਸਪੀ ਫਾਜ਼ਲ ਕਾ ਭਪਿੰਦਰ ਸਿੰਘ ਸਿੱਧੂ ਐਸਪੀ ਮੋਹਨ ਲਾਲ ਹੋਰ ਅਧਿਕਾਰੀ ਅਤੇ ਬੀਐਸਐਫ ਦੇ ਕਮਾਂਡੈਂਟ ਕੇ ਅਨਤਰਪਾਠੀ ਇਹਨਾਂ ਨੇ ਸਾਂਝੇ ਰੂਪ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਇੱਕ ਵਰਨਾਕਾਰ ਜਿਹਦਾ ਯੂਪੀ ਦਾ ਨੰਬਰ ਸੀ ਯੂਪੀਐਸਸੀ ਸੀਡੀ 0023 ਰੋਕਿਆ ਉਹਨੇ ਆਪਣਾ ਫੌਜ ਵਾਲਾ ਕਾਰਡ ਕੱਟ ਕੇ ਦਿਖਾਤਾ ਇਹ ਬੰਦਾ ਹੈ ਕਿੱਥੋਂ ਦਾ ਇਹ ਬੰਦਾ ਸਰਹੱਦੀ ਪਿੰਡ ਮੁਹੰਮਦ ਪੀਰਾ ਦਾ ਰਹਿਣ ਵਾਲਾ ਹੈ ਹੂੰ ਇਹਦਾ ਨਾਮ ਹੈ ਪਰਮਜੀਤ ਸਿੰਘ ਇਹਦੇ ਨਾਲ ਹੀ ਇੱਕ ਹੋਰ ਵਿਅਕਤੀ ਸੀ ਦੋ ਜਣੇ ਸੀ ਇਹ ਇਹਨੇ ਕਾਰ ਪਹਾਲੀ ਪੁਲਿਸ ਨੇ ਮਸਤੀਦੀ ਨਾਲ ਕਾਰ ਨੂੰ ਰੋਕਿਆ ਚੈੱਕ ਕੀਤਾ 29 ਪੈਕਟ ਹਰਵੰਦ ਦੇ ਨਿਕਲੇ ਨੇ ਤੇ ਜਬਾੜੀ ਖੇਤ ਖਾਨ ਲੱਗ ਜਾਵੇ ਇਹੋ ਤਾਂ ਗੱਲ ਹੈ ਬੀਐਸਐਫ ਦੇ ਡਾਇਰੈਕਟਰ ਜਨਰਲ ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਇੱਕ ਵਾਰੀ ਇਹ ਸਾਰਿਆਂ ਦਾ ਮੌਇਨਾ ਕਰਾਓ ਕੱਲੇ-ਕੱਲੇ ਦਾ ਬੇਰਬਾ ਲਾਓ ਇਹਨਾਂ ਦੇ ਦੁਆਰਾ ਸਰਟੀਫਿਕੇਟ ਇਹਨਾਂ ਦਾ ਦੁਬਾਰਾ ਰਹਿਣ ਸੈਨ ਪਿੰਡ ਚੋਂ ਤਸਦੀਕ ਕਰਾਓ ਇਹਦਾ ਕੀ ਕਰੈਕਟਰ ਹੈ ਕੀ ਕਰਦਾ ਹੈ ਜੇ ਉਹ ਚੀਜ਼ ਅਸੀਂ ਕਰਾਵਾਂਗੇ ਤਾਂ ਮੈਂ ਸਮਝਦਾ ਕਾਫੀ ਹੱਦ ਤੱਕ ਅਸੀਂ ਇਹ ਕੰਮ ਕਰ ਰਹਾਂਗੇ ਕਰਨਾ ਚਾਹੀਦਾ ਸੋ ਮੈਂ ਮਹਿਸੂਸ ਕਰਦਾ ਕਿ ਜਿਹੜੇ ਬੰਦੇ ਇਸ ਪਾਸੇ ਵੱਲ ਗਏ ਨੇ ਹੋਰ ਵੀ ਹੋਣਗੇ ਉਹਨਾਂ ਦਾ ਜਦੋਂ ਤਸਦੀਕ ਕਰਾਵਾਂਗੇ ਤਾਂ ਬਹੁਤ ਸਾਰੇ ਜਿਹੜੇ ਬਾਡੇ ਅਨਸਰ ਹੈ तकरीबन 90% ਤੁਹਾਨੂੰ ਪਤਾ ਚੱਲ ਜਾਣਗੇ ਇਹਨਾਂ ਦਾ ਇੰਨੇ ਕ ਸਾਊ ਸੁਭਾਅ ਦੇ ਨੇ ਇਹ ਔਰ ਤੁਹਾਨੂੰ ਉਹਦੀ ਪੂਰੀ ਜਾਣਕਾਰੀ ਵੀ ਪ੍ਰਾਪਤ ਹੋ ਜਾਵੇਗੀ ਜੀ ਬਿਲਕੁਲ ਜੀ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਯੂਕੇ ਗਏ ਹੋਏ ਸੀਗੇ ਵਾਪਸ ਪਰਤ ਆਏ ਨੇ ਤੇ ਫੈਨਸ ਦੇ ਨਾਲ ਮਿਲ ਰਹੇ ਨੇ ਤੇ ਆਪਣੇ ਪੁੱਤਰ ਦੀ ਸਮਾਦ ਦੇ ਉੱਤੇ ਜਾ ਕੇ ਜਦੋਂ ਉੱਥੇ ਜਾ ਕੇ ਆਪਣਾ ਸਜਦਾ ਕੀਤਾ ਤੇ ਉਸ ਤੋਂ ਇਲਾਵਾ ਮੋਹਾਲੀ ਤੋਂ ਖਬਰ ਲੈਣੇ ਆ ਮੋਹਾਲੀ ਦੇ ਵਿੱਚ ਦਿਨ ਦਿਹਾੜੇ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ ਡੇਰਾ ਬੱਸੀ ਦੇ ਨਜ਼ਦੀਕ ਪਿੰਡ ਆ ਭੰਕਰਪੁਰ ਉੱਥੇ ਗੋਲੀ ਚੱਲੀ ਹੈ ਜੀ ਟੈਕਸੀ ਮਾਲਕ ਦੇ ਨਾਲ ਕੋਈ ਪੈਸਿਆਂ ਦਾ ਲੈਣ-ਦੇਣ ਸੀਗਾ ਜਿਸ ਤੋਂ ਬਾਅਦ ਹਿਸਾਰ ਦੇ ਇੱਕ ਨੌਜਵਾਨ ਨੇ ਗੋਲੀ ਚਲਾਈ ਹੈ ਤੇ ਦੇਸੀ ਕੱਟਾ ਜਾਂ ਦੇਸੀ ਪਿਸਤੌਲ ਕਹਿ ਦਿੰਦੇ ਆ ਉਹਦੇ ਨਾਲ ਇਹ ਗੋਲੀ ਚਲਾਈ ਗਈ ਹੈ ਤੇ ਜਿਹੜੀ ਮੁੱਢਲੀ ਜਾਂਚ ਦੇ ਵਿੱਚ ਸਾਹਮਣੇ ਆਇਆ ਉਸ ਨੌਜਵਾਨ ਦੇ ਉੱਤੇ ਪਹਿਲਾਂ ਵੀ ਹੱਤਿਆ ਦਾ ਮਾਮਲਾ ਦਰਜ ਹੈ ਪਰ ਇਸੇ ਦੇ ਚੱਲਦਿਆਂ ਹੁਣ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਹੈ ਪਰ ਇੱਕ ਵੱਡਾ ਸਵਾਲ ਇਹ ਵੀ ਖੜਾ ਹੁੰਦਾ ਹੈ ਕਿ हिसार काफी चर्चेत कई जड़े गैंगस्टर ने वो भी وچوں ਕਈਆਂ ਦੇ ਸੰਬੰਧ हिसार ਦੇ ਨਾਲ ਹਰਿਆਣਾ ਦੇ ਨਾਲ ਨਿਕਲਦੇ ਸੀ ਤੇ ਹੁਣ ਸਿੱਧੇ ਤੌਰ ਦੇ ਉਤੇ ਉਹ ਦੇਸੀ ਕੱਟਾ ਲਈ ਫਿਰ ਰਿਹਾ ਹੈ ਜੀ ਪਹਿਲੀ ਗੱਲ ਤਾਂ ਜਿਹੜੇ ਇਹ ਕੱਟੇ ਬੰਦਦੇ ਨੇ ਭਾਵੇਂ ਮੱਧ ਪ੍ਰਦੇਸ਼ ਚ ਬੰਦਦੇ ਆ ਜਾਂ ਕਿਤੇ ਹੋਰ ਬੰਦਦੇ ਆ ਉੱਥੇ ਪਾਬੰਦੀ ਕਿਉਂ ਨਹੀਂ ਹੂੰ ਸੁਪਰੀਮ ਕੋਰਟ ਕਹਿੰਦਾ ਹੈ ਕਿ ਤਬਾਕੂ ਆ ਪਦਾਰਥ ਨਹੀਂ ਵਰਤਣੇ ਹੂੰ ਸੁਪਰੀਮ ਕੋਰਟ ਕਹਿੰਦਾ ਪ੍ਰੈਸ਼ਰ ਹਾਰ ਨਾਲ ਤੇ ਪਾਬੰਦੀ ਹੈ ਹੂੰ ਤੇ ਤੁਹਾਡਾ ਤੁਹਾਡਾ ਬਣ ਕਾ ਦੇ ਵਾਸਤੇ ਰਹੇ ਨੇ ਆਵਾਜ਼ ਪ੍ਰਦੂਸ਼ਣ ਸਾਰੇ ਜ਼ਿਲ੍ਹਿਆਂ ਦੇ ਵਿੱਚ ਡੀਸੀਆਂ ਵੱਲੋਂ ਪਾਬੰਦੀ ਹੈ ਕਿ 10 ਵਜੇ ਤੋਂ ਬਾਅਦ ਕੋਈ ਕਿਸੇ ਕਿਸਮ ਦਾ ਲਾਊਡ ਸਪੀਕਰ ਨਹੀਂ ਚੱਲੇਗਾ ਹੂੰ ਤੇ ਫਿਰ ਚੱਲ ਰਹੇ ਨੇ ਤੁਹਾਡਾ ਤੁਹਾਡਾ ਭਾਵੇਂ ਮੈਹਰਜ ਪੈਲਸਾਂ ਦੇ ਵਿਆਹ ਦੇ ਰੂਪ ਦੇ ਵਿੱਚ ਹੋਣ ਜਗਰਾਤਿਆਂ ਦੇ ਰੂਪ ਦੇ ਵਿੱਚ ਹੋਣ ਜਾਂ ਸੋਸ਼ਲ ਜਾਂ ਧਾਰਮਿਕ ਸਮਾਗਮਾਂ ਦੇ ਰੂਪ ਵਿੱਚ ਹੋਣ ਤੁਸੀਂ ਗੁਰੂ ਘਰ ਦੇ ਵਿੱਚ ਕੀਰਤਨ ਦਰਬਾਰ ਕਰਾਉਨੇ ਉਹ ਕਿਹਾ ਇਹ ਗਿਆ ਕਿ ਇੰਨੀ ਕ ਆਵਾਜ਼ ਰੱਖੀ ਜਾਵੇ ਜਿਹੜੀ ਉਸ ਕੰਪਲੈਕਸ ਦੀ ਹਦੂਦ ਤੋਂ ਬਾਹਰ ਨਾ ਜਾਵੇ ਬਹੁਤ ਸਾਰੇ ਮਹਿਰਜ ਪਹਿਲਸਾਂ ਦੇ ਜਿਹੜੇ ਹੌਲ ਨੇ ਉਹ ਆਵਾਜ਼ ਮੁਕਤ ਹੋ ਚੁੱਕੇ ਨੇ ਬਾਹਰ ਆਵਾਜ਼ ਨਹੀਂ ਆਉਂਦੀ ਉਹਨਾਂ ਦੀ ਪਰ ਇਹਦੇ باوجود ਫੇਰ ਚੱਲੀ ਜਾਂਦਾ ਜਿੰਨਾਂ ਚੀਜ਼ਾਂ ਤੇ ਪਾਬੰਦੀ ਆ ਸੀ ਉਹੀ ਵੇਚ ਰਹੇ ਆ ਇਹਨਾਂ ਸਾਰੀਆਂ ਚੀਜ਼ਾਂ ਤੋਂ ਬਚਣ ਦੀ ਜ਼ਰੂਰਤ ਹੈ। ਸਖਤ ਹੋਣ ਦੀ ਜ਼ਰੂਰਤ ਹੈ। ਆਖਾਂ ਦੇ ਪ੍ਰੈਸ਼ਰ ਆ ਹਨ। ਦੂਜੀ ਚੀਜ਼ ਮੈਨੂੰ ਬੜੀ ਹੈਰਾਨੀ ਦੀ ਗੱਲ ਹੈ। ਬੁਲਟਾਂ ਦੇ ਪਟਾਕੇ ਪਵੰਦੀ ਹੈ। ਹਮ ਸ਼ਰਿਆ ਬਜ ਰਹੇ ਨੇ। ਤੇ ਆ ਜਿਹੜੇ ਦੋ ਪਹੀਆ ਜਾਂ ਤਿੰਨ ਪਹੀਆ ਵਾਹਨ ਚਾਲਕਾ ਕੰਨਾਂ ਚ ਲਾਏ ਨੇ ਫੋਨ। ਨਾ ਉਹਨਾਂ ਨੂੰ ਪਿੱਛੋਂ ਆਉਂਦੇ ਦੀ ਕਿਸੇ ਦੀ ਆਵਾਜ਼ ਪਤਾ ਲੱਗਦੀ ਹੈ ਨਾ ਲੈਣਾ ਦੇਣਾ। ਔਰ ਜਾ ਰਹੇ ਨੇ, ਤੜਲੇ ਨਾਲ ਜਾ ਰਹੇ ਨੇ ਜਿਵੇਂ ਨਾਨਕੇ ਫਿਰਦੇ ਹੁੰਦੇ ਆ। ਕੋਈ ਰਾਜਾ ਬਾਬੂ ਨਹੀਂ ਜੇ ਰਾਮਪਰੇ ਲੱਗਾ ਹੋਇਆ ਇੱਕ ਐਸਐਚਓ ਅੱਜਕੱਲ ਡੀਐਸਪੀ ਨੇ ਗੁਰਜੀਤ ਰਮਾਨਾ ਇਹ ਸਾਰਾ ਕੁਝ ਰੋਕ ਸਕਦੇ ਆ ਕਿਸੇ ਵੇਲੇ ਅਮੀ ਚੰਦ ਨਾਮ ਦੇ ਸਬ ਇੰਸਪੈਕਟਰ ਹੁੰਦੇ ਸੀ ਉਹਨਾਂ ਨੇ ਰੋਕੇ ਦਿਖਾਏ ਤੇ ਬਾਕੀ ਕਿਉਂ ਨਹੀਂ ਕਰ ਸਕਦੇ ਇਹਦੇ ਵਾਸਤੇ ਬਿੱਲ ਪਾਵਰ ਚਾਹੀਦੀ ਹੈ ਬਿੱਲ ਪਾਵਰ ਹੋਵੇ ਤਾਂ ਇਹ ਜਿਆ ਸਾਰਾ ਕੁਝ ਰੁਕ ਸਕਦਾ ਜੀ ਜੀ ਬਿਲਕੁਲ ਜੀ ਕਾਲਰ ਲਾਈਨ ਤੇ ਨੇ ਹੈਲੋ ਹਾਂਜੀ ਹਾਜੀ ਸਾਹਿਬ ਜੀ ਦਾ ਨਾਮ ਸਾਹਿਬ ਜੀ ਸਾਹਿਬ ਜੀ ਹਾਂਜੀ ਮਨਮੋਹਨ ਸਾਹਿਬ ਬੋਲਦਾ ਦੋਵੇਂ ਤੋਂ ਜੀ ਮਨਮੋਹਨ ਜੀ ਹਾਂਜੀ ਕਿੱਲੋ ਨਾਲ ਕੋਈ ਅਗਰ بجلی ਮਰਪੋਰੀ ਆ ਇਹ ਹੌਣ ਤਾਂ ਮੁਕਤਪੋਰੀ ਲੋਕੀ ਵਸਦੀ ਜਾਂਦੇ ਆ ਤੇ ਔਣ ਵਾਲੇ ਸਮੇਂ ਤੇ 10 ਰੁਪਏ 11 ਰੁਪਏ ਦੇ ਇੱਕ ਵੀ ਕੋਸ ਨਹੀਂ ਲੱਭਣੀ ਲੋਕਾਂ ਨੂੰ ਹੋਰ ਦੇਖੋ ਹਰ ਘਰ ਦੇ ਵਿੱਚ 4-4 ਹੀਟਰ ਚੱਲ ਰਹੇ ਆ 4-4 ਐਲਸੀਡੀ ਚੱਲ ਰਹੀਆਂ ਠੀਕ ਆ ਜੀ ਉਹੀ ਗੱਲ ਹੈ ਜੀ ਹੁਣ ਤੁਸੀਂ ਕਹਿੰਦੇ ਆ ਜੀ ਹੈਕ ਟੂਨ ਲਾ ਕੇ ਪੂਰੇ ਫਿਰ ਦੇ ਰੱਖਿਆ ਵਾਲੇ ਕਮਿਊਨਿਟੀ ਨੂੰ ਸਰਕਾਰ ਨੂੰ ਬੁਲਾਉਣਾ ਚਾਹੀਦਾ ਕੋਈ ਨਾ ਕੋਈ ਪਰ ਦੇਖੋ ਇੱਥੇ ਹੈਕ ਟੂਨ ਲਾ ਕੇ ਬਾਹਰ ਦੀ ਕੰਟਰੀ ਦੇ ਗੱਡੀ ਨਹੀਂ ਚਲਾ ਸਕਦੇ ਉਹਨੂੰ ਫਾਈਨ ਨਹੀਂ ਤਾਂ ਆਉਂਦਾ ਉਹ ਜਿੰਨਾ ਫਾਈਨ ਆ ਜਿਹੜਾ ਹਰ ਥਾਣੇ ਦੇ ਵਿੱਚ ਜਾ ਕੇ ਫਾਈਨ ਭਰੂਗਾ ਤਾਂ ਉਹਨਾਂ ਦੀ ਹੁੰਦਾ ਜੀ ਧੰਨਵਾਦ ਜੀ ਮਿਹਰਬਾਨੀ ਜੀ ਤੇ ਟਟਲੂ ਸਾਹਿਬ ਇੱਕ ਇਹਨਾਂ ਦੀ ਗੱਲ ਤੋਂ ਹੋਰ ਗੱਲ ਨਿਕਲਦੀ ਹੈ ਕਿ ਜਿਹੜੇ ਇਹ ਰਿਕਸ਼ਾ ਚੱਲ ਰਹੇ ਨੇ ਇਹ ਰਿਕਸ਼ਾ ਹਾਲਾਂਕਿ ਪ੍ਰਦੂਸ਼ਣ ਨਹੀਂ ਕਰਦੇ ਇਹ ਬਿਜਲੀ ਦੇ ਨਾਲ ਚਾਰਜ ਹੋ ਕੇ ਚੱਲਦੇ ਨੇ ਪਰ ਇਹਨਾਂ ਦੀ ਇੱਕ ਤਾਂ ਮੈਂ ਥੋੜੀ ਜਿਹੀ ਪਹਿਲ ਕਦਮੀ ਜ਼ਰੂਰ ਦੇਖੀ ਹੈ ਕਿ ਪਹਿਲਾਂ ਇਹਨਾਂ ਦੇ ਉੱਤੇ ਕੋਈ ਨੰਬਰ-ਨੰਬਰ ਨਹੀਂ ਸੀਗਾ ਹੁਣ ਕੁਸ਼ਕ ਦੇ ਉੱਤੇ ਨੰਬਰ ਲੱਗ ਚੁੱਕੇ ਨੇ ਹਰੇ ਰੰਗ ਦੀਆਂ ਨੰਬਰ ਪਲੇਟਾਂ ਲੱਗ ਚੁੱਕੀਆਂ ਨੇ ਚਲੋ ਪਹਿਚਾਨ ਤਾਂ ਹੋਈ ਕਿ ਜੇਕਰ ਕੋਈ ਹਾਦਸਾ ਹੁੰਦਾ ਤਾਂ ਨੰਬਰ ਤੋਂ ਬੰਦਾ ਫੜਿਆ ਤਾਂ ਜਾਊਗਾ ਪਰ ਦੂਜਾ ਵੱਡਾ ਸਵਾਲ ਇਹ ਹੋ ਗਿਆ ਕਿ ਛੋਟੇ-ਛੋਟੇ ਬੱਚੇ ਲੇਡੀਜ਼ ਬਾਜ਼ਾਰਾਂ ਦੇ ਵਿੱਚ ਹਾਈਵੇ ਦੇ ਉੱਤੇ ਸੜਕਾਂ ਦੇ ਉੱਤੇ ਪੂਰਾ ਇਹਨਾਂ ਨੂੰ ਭਜਾਈ ਫਿਰਦੇ ਨੇ ਕੀ ਉਹਨਾਂ ਦੇ ਲਾਇਸੈਂਸ ਚੈੱਕ ਕੀਤੇ ਗਏ ਨੇ ਕੀ ਉਹਨਾਂ ਦੇ ਲਾਇਸੈਂਸ ਬਣੇ ਹੋਏ ਨੇ ਜੇਕਰ ਕੋਈ ਹਾਦਸਾ ਵਾਪਰਦੇ ਨੇ ਸੜ ਤਾ ਚਾਹੇ ਹਾਲਾਕੀ ਕਹਿੰਦੇ ਨੇ ਕਿ ਇਲੈਕਟ੍ਰਿਕ ਵਾਸਤੇ ਲਾਇਸੈਂਸ ਨਹੀਂ ਵੀ ਚਾਹੀਦਾ ਪਰ ਫਿਰ ਵੀ ਉਹ ਆਉਂਦੇ ਤਾਂ ਹਾਈਵੇ ਦੇ ਉੱਤੇ ਨੇ ਨਾ ਕੱਲ ਲੋਕੇ ਕਹਿੰਦੇ ਸੀਗੇ ਕਿ ਜਿਹੜੀ ਢੀਂਡਸਾ ਟਰਾਂਸਪੋਰਟ ਦਾ ਘੜੁੱਕੇ ਐ ਹਮ ਇੱਕ ਵਾਰੀ ਹਾਈ ਕੋਰਟ ਦੇ ਜੱਜ ਸਾਹਿਬ ਕਹਿੰਦੇ ਵੀ ਮੈਂ ਇਹਨੂੰ ਕਹਾਂ ਕਿ ਇਹ ਕੀ ਚੀਜ਼ ਐ ਹਮ ਲੋਕ ਬਾਜਪਾਈ ਸਾਹਿਬਰੇ ਕਹਿੰਦੇ ਹੁੰਦੇ ਸੀਗੇ ਬਦੇਸ਼ਾਂ ਦੇ ਵਿੱਚ ਉਹਨੂੰ ਪੁੱਛ ਲਿਆ ਵੀ ਸਾਨੂੰ ਜੁਗਾੜ ਦੇ ਦਿਓ ਕਿ ਜੁਗਾੜ ਨਾਲ ਤਾਂ ਅਸੀਂ ਦੇਸ਼ ਚਲਾਉਂਨੇ ਆ ਹਮ ਤੁਹਾਨੂੰ ਕਿੱਥੋਂ ਦੇ ਦਈ ਗਏ ਅਮਰੀਕਾ ਟਰੰਪ ਸਾਹਿਬ ਨਾਲ ਨਾਰਾਜ਼ ਹੋ ਗਿਆ ਕਿ ਤੁਸੀਂ ਥਾਲੀਆਂ ਵਜਾ ਕੇ ਕਰੋਨਾ ਭਜਾਤਾ ਸਾਡੀ ਐਨੀ ਮਹਿੰਗੀ ਜਿਹੜੀ ਦਵਾਈ ਉਹ ਹੋਗੀ ਤੁਸੀਂ ਇੱਕ ਹੋਰ ਦੇਖੋ ਆਪਣੇ ਦੋ ਤਰ੍ਹਾਂ ਦੀਆਂ ਦਵਾਈਆਂ ਲੱਗਦੀਆਂ ਸੀ ਵੈਕਸੀਨ ਦੀਆਂ ਇੱਕ ਕੋਵਾ ਸ਼ੀਲਡ ਇੱਕ ਕੋ ਵੈਕਸੀਨ ਇੱਕ ਤਜਰਬਾ ਹੋਇਆ ਕਿ ਕੋਵਾ ਸ਼ੀਲਡ ਜਿਹਨਾਂ ਨੂੰ ਲੱਗੀ ਹੈ ਉਹਨਾਂ ਦੀ ਜਿਹੜੀ ਅੰਦਰੂਨੀ ਸ਼ਕਤੀ ਹੈ ਪਾਚਨ ਸ਼ਕਤੀ ਉਹ ਕਿਤੇ ਮਜ਼ਬੂਤ ਹੋਈ ਹੈ ਸੋ ਤੁਸੀਂ ਠੀਕ ਕਹਿ ਰਹੇ ਹੋ ਕਿ ਇਹਦੇ ਬਾਰੇ ਕੈਦਾ ਕਾਨੂੰਨ ਲਾਲਜੀਤ ਸਿੰਘ ਭੁੱਲਰ ਜੇ ਟਰਾਂਸਪੋਰਟ ਮੰਤਰੀ ਆ ਪੰਜਾਬ ਦੇ ਵਿੱਚ ਲਿਆਉਣਾ ਚਾਹੀਦਾ ਇਹ ਪੈਰ ਪੈਰ ਦੇ ਉੱਤੇ ਜਵਾਕ ਜੇ ਤੁਰੇ ਫਿਰਦੇ ਆ ਔਰ ਇਹਦੀ ਗਿਣਤੀ ਇੰਨੀ ਵੱਧ ਗਈ ਤੁਸੀਂ ਹੱਥ ਦੇ ਦਿਓ ਕੋਈ ਨਹੀਂ ਵੇਖਦਾ ਪਿੱਛੋਂ ਬੰਦਾ ਜਿਹੜਾ ਆ ਰਿਹਾ ਉਹ ਕਿੰਨੀ ਸਪੀਡ ਨਾਲ ਆ ਰਿਹਾ ਹੈ ਵੀ ਮੈਂ ਸਾਈਡ ਕਰਕੇ ਰੋਕ ਲਾਂ ਉੱਥੇ ਬ੍ਰੇਕ ਮਾਰ ਦੇਣੀ ਹੈ ਅਗਲੇ ਟਾਇਰ ਤੇ ਘਮਾ ਦਿੰਦੇ ਆ ਹਾਂ ਸੋ ਇਹਨਾਂ ਦੇ ਵਿੱਚ ਹੋਣਾ ਚਾਹੀਦਾ ਇਹ ਬੰਦ ਪੱਕਾ ਜੀ ਤੇ ਬਿਲਕੁਲ ਜੀ ਅਗਲੀ ਖਬਰ ਦੇ ਉਤੇ ਚਰਚਾ ਕਰਦੇ ਆਂ ਅਗਲੀ ਖਬਰ ਬੜੀ ਅਹਿਮ ਬਣ ਜਾਂਦੀ ਹੈ ਕਾਰਨ ਇਹ ਕਿ ਸੜਕੀ ਹਾਸੀਆਂ ਦੀ ਅਸੀਂ ਗੱਲ ਕਰ ਰਹੇ ਆਂ ਸੜਕਾਂ ਦੇ ਉੱਤੇ ਲੋਕਾਂ ਦੇ ਤੁਰਨ ਫਿਰਨ ਦੀ ਵਾਹਾਂ ਦੀ ਗੱਲ ਕਰ ਰਹੇ ਆਂ ਤਾਂ ਸੜਕਾਂ ਦੀ ਇੱਕ ਇਲੈਕਟ੍ਰੀਕਲ ਨਿਗਰਾਨੀ ਵਾਸਤੇ ਪ੍ਰੋਜੈਕਟ ਸੀ ਕਿ ਥਾਂ-ਥਾਂ ਦੇ ਉੱਤੇ ਚੌਂਕਾਂ ਦੇ ਉੱਤੇ ਕੈਮਰੇ ਲਗਾਏ ਜਾਣ ਤਾਂ ਜੋ ਪੂਰੀ ਤਰ੍ਹਾਂ ਦੇ ਨਾਲ ਪ੍ਰਸ਼ਾਸਨ ਦੀਆਂ ਨਜ਼ਰਾਂ ਦੇ ਵਿੱਚ ਜਾਂ ਜਿਹੜੇ ਵੀ ਉੱਥੇ ਨਿਗਰਾਨ ਨੇ ਉਹਨਾਂ ਦੀ ਨਿਗਰਾਨੀ ਦੇ ਵਿੱਚ ਸਾਰਾ ਕੁਝ ਰਹੇ ਪਰ ਉਹਦੇ ਵਿੱਚ ਕਾਫੀ ਸੁਸਤ ਪਾਏ ਗਏ ਨੇ ਸਾਰੇ ਸੂਬਿਆਂ ਦੀ ਗੱਲ ਕੀਤੀ ਜਾਵੇ ਤਾਂ ਕਾਫੀ ਜਿਹੜੇ ਸੂਬੇ ਨੇ ਉਹ ਸੁਸਤ ਨੇ ਇਸ ਮਾਮਲੇ ਦੇ ਵਿੱਚ ਸਿਰਫ ਇੱਕ ਦਾ ਜਿਹੜਾ ਸੂਬਾ ਹੈ ਜਿਨ੍ਹਾਂ ਦੇ ਉੱਤੇ ਕੁਝ ਕੰਮ ਹੋਇਆ ਹ ਹ ਬਾਕੀ ਸਾਰੇ ਤਾਂ ਕੱਚੂ ਚਾਲ ਦੇ ਵਿੱਚ ਹੀ ਨੇ ਨੈਸ਼ਨਲ ਸਟੇਟ ਹਾਈਵੇ ਦੇ ਨਾਲ ਸੜਕਾਂ ਤੇ ਜਿਹੜੇ ਓਵਰ ਸਪੀਡਿੰਗ ਰੱਖਣ ਵਾਸਤੇ ਕੈਮਰੇ ਲਾਉਣੇ ਸੀ ਸਪੀਡ ਗਨ ਲਾਉਣੀਆਂ ਸੀ ਉਹ ਚੀਜ਼ਾਂ ਤੇ ਸੂਬੇ ਖਰੇ ਨਹੀਂ ਉਤਰੇ ਹ ਇੱਕ ਅਧਿयान ਹੋਇਆ ਹੈ ਉਦੇ ਵਿੱਚ 1.5 ਸਾਲ ਵਿੱਚ ਸੜਕ ਸੁਰੱਖਿਆ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਇਸ ਪਹਿਲ ਨੂੰ ਲੈ ਕੇ ਬਹੁਤ ਘਟ ਹੋਇਆ 2019 ਦੇ ਵਿੱਚ ਟਰਾਂਸਪੋਰਟ ਮੰਤਰਾਲੇ ਨੇ ਇਹ ਸਬੰਧੀ ਨੋਟੀਫਿਕੇਸ਼ਨ ਕਰ ਦਿੱਤੀ ਸੀ 1 ਲੱਖ ਪਿਛਲੇ ਸਾਲ 57000 ਮੌਤਾਂ ਹੋਈਆਂ ਨੇ ਸੜਕਾਂ ਤੇ ਤਰਵਿੰਦਰ ਜੀ ਹੂੰ ਹਾਦਸਿਆਂ ਦੇ ਵਿੱਚ ਜੀ ਤੇ ਤੁਸੀਂ ਇਸ ਗੱਲ ਤੇ ਜਾਉਂਗੇ ਕਿ ਉਹਨਾਂ ਵਿੱਚੋਂ 1,30,000 ਜਿਹੜੀਆਂ ਮੌਤਾਂ ਨੇ ਉਹਨਾਂ ਦਾ ਮੁੱਖ ਕਾਰਨ ਓਵਰਗਤੀ ਹੂੰ ਵੱਧ ਸਪੀਡ ਦਾ ਹੋਣਾ ਪਾਇਆ ਗਿਆ ਨਿਜਮਤ ਸਪੀਡ ਤੋਂ ਵੱਧ ਜਗਾੜੂ ਰੇੜੀਆਂ ਵੀ ਸਾਡੇ ਦਰਸ਼ਕ ਦੱਸ ਰਹੇ ਨੇ ਕਿ ਉਹ ਵੀ ਹਾਂ ਜਗਾੜੂ ਰੇੜੀਆਂ ਦੀ ਗੱਲ ਤੇ ਬਹੁਤ ਨੇ ਅੱਜਕੱਲ੍ਹ ਤੁੰਦਾ ਹੈ ਜਦੋਂ ਆਪਾਂ ਸਵੇਰੇ ਆਉਂਦੇ ਆ ਜਗਾੜੂ ਰੇੜੀ ਲੈ ਕੇ ਵੱਦਾ ਤੁਰ ਪੈਂਦਾ ਇਹ ਨਹੀਂ ਪਤਾ ਉਹ ਕਿੱਧਰ ਜਾਣਾ ਕਿੱਧਰ ਨਹੀਂ ਜਾਣਾ ਔਰ ਜਿੱਥੇ ਕਿਤੇ ਲੱਗਦੇ ਨੇ ਰਿਫਲੈਕਟਰ ਸਰ ਕਾਰਾਂ ਦੀ ਲਈ ਜਾਂਦੇ ਨੇ ਜਦੋਂ ਕਿ ਆਲਰੇਡੀ ਕਾਰਾਂ ਦੇ ਉੱਤੇ ਬ੍ਰੈਕਟਰ ਵੀ ਨੇ ਤੇ ਟਿਮ ਟਮਾਉਂਦੀਆਂ ਲਾਈਟਾਂ ਵੀ ਚੱਲਦੀਆਂ ਨੇ ਇੰਡੀਕੇਟਰ ਵੀ ਨੇ ਜਿਹੜੀਆਂ ਇਹ ਰੇੜੀਆਂ ਬੰਦੀਆਂ ਨੇ ਉਹਨਾਂ ਨੂੰ ਜਗਾੜੂ ਰੇੜੀਆਂ ਦੇ ਉੱਤੇ ਜੇ ਇਹ ਚੱਲਦੀਆਂ ਨੇ ਪਹਿਲੀ ਗੱਲ ਤਾਂ ਇਹਨਾਂ ਦਾ ਸਮਾਂ ਨਿਰਧਾਰਤ ਕਰ ਦਿੱਤਾ ਜਾਵੇ ਕਿ 8 ਵਜੇ ਤੋਂ ਪਹਿਲਾਂ ਸੜਕਾਂ ਤੇ ਨਹੀਂ ਚੱਲਣਗੀਆਂ ਹੂੰ ਜਦੋਂ ਤੱਕ ਵਿਜ਼ਿਬਿਲਟੀ ਨਹੀਂ ਆਉਂਦੀ ਪ੍ਰੋਪਰ ਔਰ ਇਹਨਾਂ ਦੇ ਉੱਤੇ ਰੈਫਲੈਕਟਰ ਲਾਏ ਜਾਣ ਇਹ ਜਿਹੜੇ ਸਾਡੇ ਕੌਲਰ ਜਾਂ ਸਾਡੇ ਦਰਸ਼ਕ ਕਹਿ ਰਹੇ ਨੇ ਮੇਰਾ ਖਿਆਲ ਇੱਕ ਕਾਫੀ ਅਗਾਬਾ ਤੂੰ ਸੋਚ ਆਲੇ ਨੇ ਔਰ ਇਹਨਾਂ ਨੂੰ ਇਸ ਗੱਲ ਦਾ ਗਿਆਨ ਹੈ ਮੈਂ ਜਿਹੜੀ ਗੱਲ ਕਹਿ ਰਿਹਾ ਸੀ ਕਿ 1.5 ਲੱਖ 57000 ਚੋਂ 1.30 ਲੱਖ ਹਜ਼ਾਰ ਹੂੰ ਵਾਧੂ ਸਪੀਡ ਕਰਕੇ ਓਵਰ ਸਪੀਡ ਕਰਕੇ ਲੋਕਾਂ ਦੀ ਜਾਨ ਸੜਕ ਹਾਦਸਿਆਂ ਚ ਗਈ ਹੈ ਇਹ ਅੱਜ ਦੇ ਜ਼ਮਾਨੇ ਦੇ ਵਿੱਚ ਬਹੁਤ ਸ਼ਕਤੀ ਵਾਲਾ ਕਦਮ ਹੈਗਾ ਜੇ ਅਸੀਂ ਇਹ ਸ਼ਕਤੀ ਆ ਕਦਮ ਕਰ ਲਈਏ ਹੂੰ ਪਾਸ ਬਹੁਤ ਕੁਝ ਕਰਤਾ ਆ ਹੋਊਗਾ ਇੰਨਾ ਜੁਰਮਾਨਾ ਹੋਊਗਾ ਆ ਪਿੱਛੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਵਿੱਚ ਹੋਇਆ ਪਹਿਲੀ ਵਾਰ 2500 ਜੁਰਮਾਨਾ ਦੂਜੀ ਵਾਰ ਇੰਨਾ ਜੁਰਮਾਨਾ ਤੀਜੀ ਵਾਰ ਇੰਨਾ ਜੁਰਮਾਨਾ ਮੈਨੂੰ ਲੱਗਦਾ ਹਰ ਸਾਲ ਇਹ ਜੁਰਮਾਨਿਆਂ ਦੀ ਰਾਸ਼ੀ ਕੱਟਦੀ ਜਾਂਦੀ ਹੈ ਕਿਉਂਕਿ ਬਹੁਤ ਸਾਰੇ ਟੈਲੀਫੋਨ ਕਰਨਾਂ ਨੂੰ ਲੱਗ ਜਾਂਦੇ ਨੇ ਉਹ ਚਲ ਛੱਡ ਯਾਰ ਅਗਲੀ ਵਾਰੀ ਕਰਦੀਆਂ ਦਾ ਐਂ ਕਰਦੀ ਆਉ ਕਰਦੀ ਇਹਨਾਂ ਗੱਲਾਂ ਤੇ ਵਿਚਾਰ ਕਰਨ ਦੀ ਜ਼ਰੂਰਤ ਹੈ ਜੀ ਸਾਡੇ ਨਾਲ ਦੀਪ ਕੁਮਨ ਜੁੜੇ ਹੋਏ ਨੇ ਉਹ ਕਹਿੰਦੇ ਨੇ ਕਿ ਪ੍ਰਾਈਵੇਟ ਸਕੂਲਾਂ ਦੇ ਵਿੱਚ ਜਿਹੜੇ ਡਰਾਈਵਰ ਰੱਖੇ ਜਾਂਦੇ ਨੇ ਛੋਟੀਆਂ ਗੱਡੀਆਂ ਤੋਂ ਲੈ ਕੇ ਵੱਡੀਆਂ ਬੱਸਾਂ ਤੇ ਉਹ ਵੀ ਐਕਸਪੀਰੀਐਂਸਡ ਕਈ ਥਾਵਾਂ ਦੇ ਉੱਤੇ ਨਹੀਂ ਹੈਗੇ ਸੋ ਉਹਨਾਂ ਨੂੰ ਸਕੂਲਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਦੂਜਿਆਂ ਦੇ ਸਾਡੇ ਬੱਚਿਆਂ ਦਾ ਜਿਹੜੇ ਵੀ ਬੱਚੇ ਜਾਂਦੇ ਨੇ ਉਹਨਾਂ ਦਾ ਖਿਆਲ ਰੱਖਣਾ ਤੁਹਾਡੀ ਜ਼ਿੰਮੇਵਾਰੀ ਹੈ ਇਸ ਕਰਕੇ ਪੂਰੀ ਤਰ੍ਹਾਂ ਟ੍ਰੇਨਡ ਡਰਾਈਵਰਾਂ ਦੀ ਹੀ ਤੁਸੀਂ ਵੈਕੈਂਸੀ ਕੱਢਿਆ ਕਰੋ ਪੂਰਾ ਟ੍ਰਾਇਲ ਤੋਂ ਬਾਅਦ ਹੀ ਉਹਨਾਂ ਨੂੰ ਰੱਖਿਆ ਕਰੋ ਜਿਨ੍ਹਾਂ ਸਕੂਲਾਂ ਨੇ ਅਜੇ ਆ ਨਹੀਂ ਕੀਤਾ ਹੋਇਆ ਉਹਨਾਂ ਵਾਸਤੇ ਗੱਲ ਕਰ ਰਹੇ ਹਾਂ ਬਾਕੀ ਤਾਂ ਜਿਹੜੇ ਹੁੰਦੇ ਨੇ ਕਾਫੀ ਟ੍ਰੇਨਡ ਹੀ ਹੁੰਦੇ ਨੇ ਸੋ ਕਾਲਰ ਲਾਈਨ ਤੇ ਨੇ ਹੈਲੋ ਸਾਨੂੰ ਹਾਂਜੀ ਸਵਾਗਤ ਹੈ ਜੀ ਕਿੱਥੋਂ ਬੋਲਦੇ ਹੋ ਮੈਂ ਕਰਨ ਸਿੰਘ ਬੋਲਦਾ ਹਾਂ ਬਡਲੀਆਂ ਔਲਾ ਖਿਲਾ ਬਟੇਂਡਾ ਜੀ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਭਾਈ ਸਾਹਿਬ ਜੀ ਆਏ ਗੱਲ ਵੀ ਜਿਹੜਾ ਪਾਸ ਹੋ ਜੀ ਰਸਤਾ ਕਰਦੇ ਆ ਤੁਹਾਡੀ ਕੱਲ ਵੀ ਗੱਲ ਹੋਈ ਸੀ ਵੀ ਤੁਸੀਂ ਸੁਣਦੇ ਰਹਿੰਦੇ ਹੋ ਤੁਹਾਡੀਆਂ ਖਬਰਾਂ ਜੀ ਜਿਹੜਾ ਸਰਕਾਰਾਂ ਦੇ ਜਿਹੜਾ ਅਕਾ ਵੀ ਹੈ ਜਿੰਨਾ ਜਮੀਨ ਦਾ ਅਧਾਰ ਤੇ ਗੱਲ ਕਰਤਾ ਹੁੰਦਾ ਕਿ ਵੀ ਕਿ ਜਿਨੀਵਰਸਿਟੀ ਆਵਾਜ਼ ਕੱਟ ਰਹੀ ਹੈ ਤੁਹਾਡੀ ਆਵਾਜ਼ ਸਾਫ਼ ਨਹੀਂ ਆ ਰਹੀ ਜੀ ਹੈਲੋ ਹਾਂਜੀ ਹਾਂਜੀ ਆਵਾਜ਼ ਤੁਹਾਡੀ ਸਾਫ਼ ਨਹੀਂ ਆ ਰਹੀ ਤੁਸੀਂ ਬਾਅਦ ਚ ਕਰਿਓ ਕਾਲ ਦੁਆਰਾ ਲਾਓ ਇੱਕ ਵਾਰ ਮੇਰੇ ਖਿਆਲ ਤੁਸੀਂ ਉਹਦੇ ਚ ਨਹੀਂ ਹੈਗੇ ਨੈਟਵਰਕ ਚ ਜੀ ਤੇ ਏਟਲ ਸਭ ਜੀ 20 ਸੰਮੇਲਨ ਪੰਜਾਬ ਦੇ ਵਿੱਚ ਹੋ ਰਿਹਾ ਹੈ ਭਾਰਤ ਦੇ ਵਿੱਚ ਹੋ ਰਿਹਾ ਹੈ ਜਿਸ ਨੂੰ ਲੈ ਕੇ ਤਿਆਰੀਆਂ ਚੱਲ ਰਹੀਆਂ ਨੇ ਸਾਡੇ ਕੈਬਨਟ ਮੰਤਰੀ ਨੇਂਦਰਪ੍ਰੀਤ ਸਿੰਘ ਨੇਜਰ ਤੇ ਹਰਪ੍ਰੀਤ ਸਿੰਘ ਏਟੀਓ ਉਹਨਾਂ ਨੇ ਸਾਂਝੇ ਰੂਪ ਦੇ ਵਿੱਚ ਜਿਹੜਾ ਬਿਆਨ ਜਾਰੀ ਕੀਤਾ ਉਹ ਕਹਿੰਦੇ ਨੇ ਜੀ ਸਾਡਾ ਟੀਚਾ ਹੈ ਕਿ 100 ਕਰੋੜ ਦੇ ਕਰੀਬ ਅਸੀਂ ਤਿਆਰੀਆਂ ਵਾਸਤੇ ਖਰਚਾਂਗੇ ਦੋਨੋਂ ਮਰਸਰ ਜ਼ਿਲ੍ਹੇ ਨਾਲ ਸੰਬੰਧਿਤ ਨੇ ਹੂੰ ਇਸੇ ਕਰਕੇ ਜਿਹੜਾ G20 ਸਮੇਲਨ ਆ ਉਹਦੇ ਲਈ ਤਿਆਰੀਆਂ ਵਾਸਤੇ ਇਹਨਾਂ ਨੂੰ ਅਹਿਮ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਨੇ ਹੂੰ ਇਹ ਜਿਹੜਾ G20 ਹੈ ਇਹ ਮਾਰਚ ਦੇ ਮਹੀਨੇ ਵਿੱਚ ਹੋਣ ਜਾ ਰਿਹਾ ਹੈ ਭਾਰਤ ਨੂੰ ਮਿਲਿਆ ਭਾਰਤ ਨੇ ਅੱਗੇ ਪੰਜਾਬ ਨੂੰ ਦੇ ਦਿੱਤਾ ਹੈਗਾ ਇਹ ਕੇਂਦਰ ਸਰਕਾਰ ਦੀ ਇਸ ਗੱਲ ਦੇ ਵਿੱਚ ਮਹੱਤਤਾ ਹੈ ਹੂੰ ਮੇਰੇ ਖਿਆਲ ਕੇਂਦਰ ਸਰਕਾਰ ਇਹਦੇ ਵਿੱਚ ਕੋਈ ਸਪੈਸ਼ਲ ਪੈਕੇਜ ਵੀ ਇਹਨਾਂ ਨੂੰ ਦੇਵੇਗਾ ਜੀ ਉਹ ਕਹਿੰਦੇ ਆ ਕਿ ਜਿਹੜਾ ਅਸੇ ਪਾਸੇ ਗ੍ਰਿਲਾਂ ਟੁੱਟੀਆਂ ਹੋਈਆਂ ਨੇ ਬੀਆਰਟੀਸੀ ਇਸ ਸ਼ਾਮਲ ਹੈ ਇਹਦੇ ਵਿੱਚ ਦੇਸ਼ ਦੇ ਰਾਸ਼ਟਰਪਤੀ ਜਿਹੜੇ ਸਾਡੇ ਮੁਰਮੂ ਨੇ ਰਾਸ਼ਟਰਪਤੀ ਦਰੋਪਤੀ ਮੁਰਮੂ ਉਹ ਵੀ ਪਹੁੰਚ ਰਹੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਹਨਾਂ ਦੇ ਹੋਰ ਸੀਨੀਅਰ ਮੰਤਰੀ ਬੰਡਲ ਅਧਿਕਾਰੀ ਉਹ ਵੀ ਪਹੁੰਚਣਗੇ ਔਰ ਪੰਜਾਬ ਦੇ ਜਿਹੜੇ ਮੈਂਬਰ ਪਾਰਲੀਮੈਂਟ ਹੈ ਖਾਸ ਕਰ ਅੰਮ੍ਰਿਤਸਰ ਤੋਂ ਗੁਰਜੀਤ ਔਜਲਾ ਇਹ ਸਾਰਿਆਂ ਨੇ ਤੇ ਬਾਕੀ ਦੇਸ਼ਾਂ ਦੇ ਨਮਾਇੰਦਿਆਂ ਨੇ ਇੱਥੇ ਆਉਣਾ ਬਹੁਤ ਵੱਡਾ ਇਹ ਸਮੇਲਨ ਹੈ ਇਹ ਜੇ ਪੰਜਾਬ ਨੂੰ ਮਿਲਣਾ ਬਹੁਤ ਵੱਡੀ ਗੱਲ ਹੈ ਔਰ ਪੰਜਾਬ ਇਹਦੀ ਮੇਜ਼ਬਾਨੀ ਕਰੇਗਾ ਭਾਰਤ ਕਰ ਰਿਹਾ ਹੈ ਭਾਰਤ ਨੇ ਅੱਗੇ ਪੰਜਾਬ ਨੂੰ ਦਿੱਤਾ ਮੇਰਾ ਖਿਆਲ ਹੈ ਕਿ ਉੱਥੇ 100 ਕਰੋੜ ਵੀ ਘਟ ਹੈ ਔਰ ਅਮਰਸਰ ਨੂੰ ਇਹਦਾ ਯਾਦ ਰਹੇਗਾ ਜੇ ਉੱਥੇ ਸੜਕਾਂ ਵਗੈਰਾ ਤੇ ਹੋਰ ਚੀਜ਼ਾਂ ਨੇ ਜੜੀਆਂ ਉਹ ਵਧੀਆ ਦਰਜੇ ਦੀਆਂ ਬਣਾਈਆਂ ਜਾਂ ਜੇ ਇੱਕ ਵਾਰ ਚੰਗੇ ਪੈਸੇ ਖਰਚ ਕੇ ਬਣਾਇਆ ਜਾਵੇ ਤਾਂ 5-7 ਸਾਲਾਂ ਕਰ ਨਹੀਂ ਟੁੱਟਦੀ ਤੇ ਜਦੋਂ ਸਾਡੇ ਪਿੰਡਾਂ ਦੇ ਵਿੱਚ ਪੁਰਾਣਾ ਇੱਕ ਮਸ਼ਹੂਰ ਹੁੰਦਾ ਸੀ ਕਿ ਇਹ ਇਮਾਰਤਾਂ ਤਾਂ ਟਰਾਲੀ ਇੱਕ ਦੇ ਸਿਮਿੰਟ ਨਾਲ ਬੰਦੀਆਂ ਨੇ ਟਰਾਲੀ ਰੇਤਾ ਇੱਕ ਬੁਰੀ ਸਿਮਿੰਟ ਦੀ ਤੇ ਫਿਰ ਇਹ ਆ ਉਹ ਮੁਲਕ ਹੈ ਜਿੱਥੇ ਉਧ ਘਾਟਣ ਤੋਂ ਪਹਿਲਾਂ ਪੁਲ ਟੁੱਟ ਜਾਂਦੇ ਨੇ ਜੀ ਨਹੀਂ ਪੱਥਰ ਰੱਖਣ ਤੇ ਟੁੱਟ ਜਾਂਦੇ ਨੇ ਤੇ ਇਹਨਾਂ ਦੇ ਉੱਤੇ ਸਖਤ ਕਾਰਵਾਈ ਕਿਉਂ ਨਹੀਂ ਹੁੰਦੀ ਕਿਉਂਕਿ ਇਹ ਲੋਕ ਕਿਸੇ ਨਾ ਕਿਸੇ ਭਾਈ ਭਤੀਜਾ ਬਾਦ ਦੇ ਵਿੱਚ ਨੇ ਜਿਹਦੇ ਕਰਕੇ ਸਾਰਾ ਮਾਮਲਾ ਉਹਨਾਂ ਤੇ ਹੀ ਆਲੇ ਦੁਆਲੇ ਕਮਟਾ ਰਹਿੰਦੇ ਜੀ ਕੋਲਰ ਲਾਈਨ ਤੇ ਨੇ ਹੈਲੋ ਹੈਲੋ ਜੀ ਹਾਂ ਜੀ ਸਵਾਗਤ ਹੈ ਜੀ ਕਿ ਤੁਹਾਨੂੰ ਬੋਲ ਰਹੇ ਸਤਿ ਸ਼੍ਰੀ ਅਕਾਲ ਜੀ ਮੈਂ ਰਟਾਇਡ ਵਾਟਰ ਸਪਲਾਈ ਤੋਂ ਸਿਮਿੰਦਰ ਸਿੰਘ ਬੋਲ ਰਿਹਾ ਜੀ ਜੀ ਹਾਂ ਜੀ ਸਰ ਇੱਕ ਤਾਂ ਅਸੀਂ ਨਰ ਸਾਹਿਬ ਨੂੰ ਤੁਹਾਡੇ ਚੈਨਲ ਥਰੂ ਵਧਾਈਆਂ ਦਿੰਦੇ ਆ ਜਿਨ੍ਹਾਂ ਨੇ ਆਪਣੇ ਵਿਭਾਗ ਦੇ ਸੇਤਵਕ ਦੇ ਵਿੱਚ ਹੋਣ ਦੇ ਨਾਤੇ ਉਹਨਾਂ ਨੇ ਜੋ ਮੈਂਬਰ ਲਈ ਹੈ ਬਹੁਤ ਵਧੀਆ ਗੱਲ ਹੈ ਜੀ ਜੀ ਤੇ ਇੱਕ ਥਰ ਇੱਕ ਦੋ ਦਿਨਾਂ ਦੀ ਤੁਹਾਡੀ ਇੱਕ ਖਬਰ ਚੱਲ ਰਹੀ ਸੀ ਵੀ ਔਰਤਾਂ ਤੇ ਮਰਦ ਦੇ ਵਿੱਚ ਨਾ ਜੀ ਇੱਕ ਫਰਕ ਪਾਇਆ ਜਾ ਰਿਹਾ ਵੀ ਕਿਸੇ ਨੂੰ ਕਹਿੰਦੇ ਨੇ ਜੇ ਔਰਤ ਨੇ ਕੰਮ ਨਹੀਂ ਕਰਨਾ ਚਾਹੀਦਾ ਜੀ ਕੋਈ ਬਾਹਰ ਨਹੀਂ ਫੀਲਡ ਦੇ ਵਿੱਚ ਜਾ ਹੋਰ ਤੇ ਜਦੋਂ ਕਿ ਗੁਰੂਆਂ ਪੀਰਾਂ ਦਾ ਜੋ ਫਰਮਾਨ ਹੈ ਜੀ ਉਹ ਇਹ ਹੈ ਵੀ ਮਾਨਸਕੀ ਜਾਤ ਇੱਕ ਪਸਾਨੋ ਇਹ ਫਿਰ ਗੁਰਬਾਣੀ ਨੂੰ ਮਤਲਬ ਜੀ ਉਹ ਕਰ ਰਹੀ ਨੇ ਜੀ ਸਮਾਜ ਆਪਣਾ ਜੀ ਮਿਹਰਬਾਨੀ ਜੀ ਮਿਹਰਬਾਨੀ ਇਹਦੇ ਉੱਤੇ ਪ੍ਰतिकਰਮ ਵੀ ਦੇਣਗੇ ਢਿੱਲੋ ਸਾਹਿਬ ਤੇ ਇੱਕ ਅਹਿਮ ਖਬਰ ਇਹ ਵੀ ਹੈ ਕਿ ਐਨਐਸ ਪਰਵਾਨਾ ਜੋ ਪੱਤਰਕਾਰ ਸੀਗੇ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਤੇ ਉਹਨਾਂ ਦੇ ਪੁੱਤਰ ਨੂੰ ਕੱਲ ਗ੍ਰਿਫਤਾਰ ਕਰ ਲਿਆ ਗਿਆ ਜੋ ਸਾਬਕਾ ਅਧਿਕਾਰੀ ਨੇ ਉੱਚੇ ਦਰਜੇ ਦੇ ਅਧਿਕਾਰੀ ਸੀ ਉਹਨਾਂ ਨੂੰ ਕੱਲ ਹੀ ਗ੍ਰਿਫਤਾਰ ਕੀਤਾ ਗਿਆ ਜਿਹਦੀ ਕਈ ਧਿਰਾਂ ਵੱਲੋਂ ਅਕਾਲੀਆਂ ਵੱਲੋਂ ਜਾਂ ਹੋਰ ਵੀ ਜਿਹੜੀਆਂ ਵਿਰੋਧੀ ਧਿਰਾਂ ਨੇ ਉਹਨਾਂ ਵੱਲੋਂ ਨਿਖੇਧੀ ਕੀਤੀ ਜਾ ਰਹੀ ਹੈ ਜੀ ਦੇ ਕੋਈ ਜਿਹੜਾ ਮਾਮਲਾ ਹੈਗਾ ਪਰਵਾਨਾ ਸਾਹਿਬ ਵਾਲਾ ਹੂੰ ਇਹਨਾਂ ਸਪਰਵਾਨਾ ਬੜੇ ਸੀਨੀਅਰ ਪੱਤਰਕਾਰ ਹੂੰ ਔਰ ਬੜੇ ਠੱਬੇ ਜਿਹਨਾਂ ਨਾਲ ਸਵਾਲ ਬੜਾ ਤਿੱਖਾ ਪੁੱਛਦੇ ਸੀ ਹੂੰ ਔਰ ਕਈ ਵਾਰੀ ਇਹਨਾਂ ਦੇ ਕੋਲ ਜਿਹੜੀ ਜਾਣਕਾਰੀ ਹੈ ਉਹ ਵੀ ਦੂਜਿਆਂ ਦੇ ਮੁਕਾਬਲੇ ਜ਼ਿਆਦਾ ਹੋਇਆ ਕਰਦੀ ਸੀ ਹੂੰ ਉਹ ਗ੍ਰਿਫਤਾਰ ਉਹਨਾਂ ਨੂੰ ਕਰ ਲਿਆ ਇੱਕ ਵਕਤ ਸੇ ਮੁੱਖ ਮੰਤਰੀ ਪੰਜਾਬ ਉਹਨਾਂ ਦੇ ਉੱਤੇ ਅਫਸੋਸ ਪ੍ਰਗਟ ਕਰਦੇ ਐ ਉਹਨਾਂ ਦੇ ਜਿਹੜੇ ਸੁਪੁੱਤਰ ਨੇ ਹੂੰ ਉਹਨਾਂ ਨੂੰ ਜਿਹੜਾ ਉਹ ਸਮਾਲਟਕਿਲ ਇੰਡਸਟਰੀਆ ਬਾਬਲਾ ਚੱਲਿਆ ਨਾ ਜਿਹਦੇ ਵਿੱਚ 10-12 ਇਕੱਠੇ ਫੜਲੇ ਨੇ ਹੂੰ ਉਹਦੇ ਨਾਲ ਸਬ ਮਹਿਕਮੇ ਦੇ ਵਿੱਚ ਇਹਨਾਂ ਦਾ ਇਹ ਸੁਪੁੱਤਰ ਸੀ ਔਰ ਹਰਿਆਣਾ ਦੇ ਮੁੱਖ ਮੰਤਰੀ ਵੀ ਉੱਥੇ ਗਏ ਨੇ ਪਤਾ ਕਰਨ ਉਹਨਾਂ ਦਾ ਸੰਸਕਾਰ ਦੇ ਮੌਕੇ ਤੇ ਮੇਰਾ ਖਿਆਲ ਹੈ ਕਿ ਉਹਨਾਂ ਦੇ ਪੁੱਤਰ ਨੂੰ ਇਸ ਮੌਕੇ ਗ੍ਰਿਫਤਾਰ ਕਰਨਾ ਇਹ ਕੋਈ ਚੰਗੀ ਗੱਲ ਨਹੀਂ ਭੋਗ ਪਾਇ ਲੈਣ ਦਿੰਦੇ ਉਹਨਾਂ ਨੂੰ ਮੌਕਾ ਦੇ ਦਿੰਦੇ ਵੀ ਤੁਹਾਨੂੰ ਭੋਗ ਤੱਕ ਅਸੀਂ ਛੱਡਿਆ ਭੋਗ ਤੋਂ ਬਾਅਦ ਤੁਸੀਂ ਆ ਜਾਓ ਅੱਜ ਇੱਕ ਪਾਸੇ ਉਸ ਪਰਿਵਾਰ ਦੇ ਨਾਲ ਦੁੱਖ-ਦੁੱਖ ਸਾਂਝਾ ਕਰਦੇ ਨੇ ਤੇ ਉੱਥੇ ਕਿਹਦੇ ਹੁਕਮਾਂ ਨਾਲ ਪ੍ਰਵਾਨਾ ਸਾਹਿਬ ਦੇ ਪੁੱਤਰ ਨੂੰ ਗ੍ਰਿਫਤਾਰ ਕੀਤਾ ਇਹਦਾ ਮੈਂ ਸਮਝਦਾ ਕਿ ਸਾਰਿਆਂ ਨੇ ਹੀ ਵੱਡੇ ਪੱਧਰ ਦੇ ਉੱਤੇ ਵਿਖੇਦੀ ਕੀਤੀ ਹੈ ਕਿ ਐਸਪੀ ਸਿੰਘਾ ਉਹਨਾਂ ਤੋਂ ਹੂੰ ਉਹਨਾਂ ਨੂੰ ਨਾਲ ਚੱਲਣ ਲਈ ਕਿਹਾ ਇਹਦੇ ਤੇ ਸਾਰੇ ਲੋਕ ਇਸ ਗੱਲ ਦਾ ਬੁਰਾ ਮਨਉਂਦੇ ਆ ਭਗਵੰਤ ਮਾਨ ਸਾਹਿਬ ਤੁਸੀਂ ਪਿੰਡਾਂ ਦੇ ਰਹਿਣ ਵਾਲੇ ਹੋ ਅੱਜ ਜਾਂ ਸਰਕਾਰ ਦਾ ਕੋਈ ਅਕਸ ਬਣਾਉਂਦੀਆਂ ਨਹੀਂ ਕੋਈ ਲੋਕੋਟਨੌਟਸ ਜਾਰੀ ਨਹੀਂ ਸੀ ਹੋ ਗਿਆ ਕਿ ਉਹ ਵਿਦੇਸ਼ ਭੱਜਣ ਦੀ ਤਿਆਰੀ ਕਰ ਰਿਹਾ ਹੈ ਤੁਸੀਂ ਚੌਕਸੀ ਦੇ ਤੌਰ ਤੇ ਕੋਈ ਟੀਮ ਦਾ ਮੈਂਬਰ ਲਾ ਦਿੰਦੇ ਹੂੰ ਚਾਰ ਦਿਨਾਂ ਨੂੰ ਭੋਗ ਪਾਇਆ ਜਾਣਾ ਸੀ ਉਦੋਂ ਬਾਅਦ ਫੜ ਲੈਂਦੇ ਇਹ ਚੀਜ਼ ਨੂੰ ਸਭੋਚੇ ਲੋਕਾਂ ਨੇ ਮਾੜਾ ਕੀਤਾ ਕਿ ਬੰਦੇ ਦਾ ਪਿਤਾ ਭਾਵੇਂ ਜਿੱਡਾ ਮਰਜੀ ਹੋਵੇ ਉਹਦਾ ਚੱਲ ਜਾਣਾ ਤੇ ਤੁਹਾਡੇ ਵੱਲੋਂ ਤੁਹਾਡੀ ਇਹ ਪੁਲਿਸ ਵੱਲੋਂ ਚੌਕਸੀ ਪੁਲਿਸ ਵੱਲੋਂ ਇਹ ਕੰਮ ਕਰਨਾ ਇਹਨੂੰ ਲੋਕਾਂ ਨੇ ਕੋਈ ਬਹੁਤਾ ਚੰਗਾ ਨਹੀਂ ਸਮਝਿਆ ਔਰ ਪਤਾ ਨਹੀਂ ਕਿਉਂ ਸਰਕਾਰ ਦੇ ਜਿਹੜੇ ਨਾਲ ਸਲਾਹਕਾਰ ਨੇ ਉਹ ਕਿਉਂ ਇਹੋ ਜਿਹੀ ਸਲਾਹ ਦਿੰਦੇ ਨੇ ਆ ਹੁਣ ਤੱਕ ਬਹੁਤ ਸਾਰੀਆਂ ਇਹਨਾਂ ਸਲਾਹਕਾਰਾਂ ਵੱਲੋਂ ਦਿੱਤੀਆਂ ਸਲਾਹਾਂਕਾਰ ਨਹੀਂ ਜਿਹੜੇ ਲੋਕ ਹੈ ਉਖ ਮਿਆਜਾ ਭੁਗਤਦੇ ਫਿਰਦੇ ਆ ਤੁਹਾਡੇ ਤੋਂ ਪਹਿਲਾਂ ਵੀ ਕਈ ਹੈਗੇ ਨੇ ਜਿਨ੍ਹਾਂ ਨੂੰ ਸਲਾਹਕਾਰਾਂ ਨੇ ਫਸਾਤਾ ਹਮ ਇਹ ਚੰਗਾ ਕਦਮ ਨਹੀਂ ਨਹੀਂ ਹੋਣਾ ਚਾਹੀਦਾ ਸੀ ਜੀ ਬਿਲਕੁਲ ਸਭ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ ਜੀ ਵੱਖ-ਵੱਖ ਮੁੱਦਿਆਂ ਦੇ ਉੱਤੇ ਆਪਣਾ ਪ੍ਰतिकਰਮ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਸ਼ੁਕਰਗੁਆ ਜੀ ਬਹੁਤ ਮਿਹਰਬਾਨ ਤੇ ਨਾਲ ਹੀ ਦਰਸ਼ਕਾਂ ਨੂੰ ਇੱਕ ਵੱਡੀ ਖਬਰ ਹੋਰ ਦੱਸ ਦਈਏ ਕਿ ਸਾਡੇ ਦੇਸ਼ ਵਾਸਤੇ ਮਾਣ ਦੀ ਗੱਲ ਹੈ ਸਾਡੇ ਚੀਫ ਜਸਟਿਸ ਨੇ ਡੀ.ਵਾਈ ਚੰਦਰਚੂੜ ਉਹਨਾਂ ਦਾ ਸਨਮਾਨ ਕੀਤਾ ਜਾਵੇਗਾ ਵਕਾਰੀ ਸਨਮਾਨ ਦਿੱਤਾ ਜਾਏਗਾ ਉਹਨਾਂ ਨੂੰ ਹਾਰਵਰਡ ਲਾ ਸਕੂਲ ਵੱਲੋਂ ਅਸੀਂ ਉਹਨਾਂ ਨੂੰ ਮੁਬਾਰਕਬਾਦ ਦਿੰਦੇ ਹਾਂ ਤੇ ਉਸ ਦੀ ਸ਼ਲਾਘਾ ਵੀ ਕਰਦੇ ਹਾਂ ਕਿ ਜਿਨ੍ਹਾਂ ਨੇ ਇਹਨਾਂ ਦੀ ਚੋਣ ਕੀਤੀ ਹੈ ਕਿਉਂਕਿ ਡੀ.ਵਾਈ ਚੰਦਰਚੂੜ ਸਾਹਿਬ ਦੇ ਕਈ ਅਹਿਮ ਫੈਸਲੇ ਨੇ ਜਿਨ੍ਹਾਂ ਦੇ ਉੱਤੇ ਉਹਨਾਂ ਨੇ ਮੋਹਰ ਲਗਾਈ ਹੈ ਸੁਪਰੀਮ ਕੋਰਟ ਦੇ ਮੁਖ ਜੱਜ ਦੇ ਤੌਰ ਦੇ ਉੱਤੇ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ ਸੋ ਤੁਸੀਂ D5 ਚੈਨਲ ਪੰਜਾਬੀ ਦੇਖਦੇ ਹੋ ਜੀ ਸਾਰੇ ਪ੍ਰੋਗਰਾਮ ਦੇਖਦੇ ਹੋ ਸਿਆਸੀ ਕਮਾਸਾਂ ਨੂੰ ਪ੍ਰੋਗਰਾਮ ਨੂੰ ਵਾਤਵਾਰ ਸਾਂਝਾ ਕਰਿਆ ਕਰੋ ਇਹਦਾ ਲਿੰਕ ਬਣਾ ਕੇ ਭੇਜਿਆ ਕਰੋ ਤੇ ਨਾਲ ਹੀ ਜਿੰਨੇ ਵੀ ਸਾਡੇ ਦਰਸ਼ਕ ਨੇ D5 ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਜਰੂਰ ਕਰੋ ਕੱਲ ਇਸੇ ਤਰ੍ਹਾਂ ਇਸੇ ਪ੍ਰੋਗਰਾਮ ਚ ਨਵੀਆਂ ਖਬਰਾਂ ਪਾਏ ਗੱਲ ਨੂੰ ਲੈ ਕੇ ਫਿਰ ਹਾਜ਼ਰ ਹੋਵਾਂਗੇ ਫਿਲਹਾਲ ਇਜਾਜ਼ਤ ਦਿਓ ਧੰਨਵਾਦ